बॉर्डर भी एक पास हड़ां की स्थिति तुम बिल्कुल जोड़ा है हिमाचल के नाल लगता थोड़ा जिला दरिया किस कदर उछाले मार रहे हैं और दूजे पास पेंडू लीडरशिप जी निहत्थी कर दी गई है किहोजियां परिस्थितियां का सामना करना पै रहा है। गुरदासपुर पठानकोट जिहड़ा ये सरहदी इलाका इत्थे दो दरियावां ये कहिंदे आ कि दो दरिया बचाउंदे भी ने ते दो दरिया इस इन्हां जिलिआं नूं सब तों वड्डी मार दिंदे भी ने। पिंड का सरपंच है वह एक परिवार की तरह हुंदा है, एक वो परिवार का मुखी की तरह है, पिंड के लोग उहदे मैंबर ने। कल उत्थे गरदौरियां भी होणियां, लोगों को मुआवजा भी मिलना है या देना नहीं देना सरकार का बाद की गल है, पर लोगों ने दरखास्त जरूर लैके सरपंच को आनी है। जिवें स्कूलों के बच्चों के दाखले हुए आ उन्होंने जिहड़े एग्जामीनेशन फॉर्म जाने उन्होंने स्कॉलरशिप अप्लाई करनी है तो उहदे लई जिहड़ी सरपंच की अटैसटेशन आ उह बहुत जरूरी हुंदी है। जिवें स्कूलों के बच्चों के दाखले हुए आ उन्होंने जिहड़े एग्जामीनेशन फॉर्म जाने उन्होंने स्कॉलरशिप अप्लाई करनी है तो उहदे लई जिहड़ी सरपंच की अटैसटेशन आ उह बहुत जरूरी हुंदी है। पिछले समय दौरान चार साल पिछलियां तुसीं रिपोर्टां कढ लो, इह गवर्नमेंट दे ही आंकड़े बोलदे आ, 22 लाख क्यूबिक जिहड़ा पाणी आ ਉਹ ਛੱਡਿਆ ਗਿਆ ਵਾ ਪਿਛਲੇ ਜਿਹੜਾ ਡਰਾਈ ਜ਼ੋਨ ਸੀਗੇ। ਜਿਵੇਂ ਇਹਨਾਂ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਤਾਂ ਉਹਦੇ ਤੋਂ ਸੰਕੇਤ ਮਿਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਏਰੀਆ ਨੂੰ ਜਿਹੜਾ ਵਾ ਉਹਦੀ ਮਾਰ ਪੈਣ ਵਾਲੀ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਜਮਹੂਰੀ ਦੀਆਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ, ਹੋਣੀਆਂ ਵੀ ਚਾਹੀਦੀਆਂ, ਸੁਭਾਵਿਕ ਹੈ। ਪੰਜਾਬ ਜਦੋਂ ਵੱਡੀ ਪੱਧਰ 'ਤੇ ਹੜ੍ਹਾਂ ਦੀ ਮੁਸੀਬਤ ਦੇ ਨਾਲ ਜੂਝ ਰਿਹਾ, ਐਨ ਉਸ ਮੌਕੇ 'ਤੇ ਜਮਹੂਰੀ ਦੀ ਸਭ ਤੋਂ ਜਿਹੜੀ ਹੇਠਲੀ ਕੜੀ ਹੈ ਜ਼ਮੀਨੀ ਹਕੀਕਤਾਂ ਨਾਲ ਜੁੜੀ, ਮੇਰਾ ਕਹਿਣ ਤੋਂ ਭਾਵ ਹੈ ਪੇਂਡੂ ਪੰਚਾਇਤਾਂ, ਪੰਚਾਇਤਾਂ ਨੂੰ ਤਕਰੀਬਨ 6 ਮਹੀਨੇ ਪਹਿਲਾਂ ਭੰਗ ਕਰ ਦਿੱਤਾ ਗਿਆ। ਇਸਦਾ ਕੀ ਸੁਨੇਹਾ, ਕਿੰਨਾ ਕੁ ਜਿਹੜਾ ਹੈਗਾ ਇਹ ਸੂਬੇ ਦੇ ਲਈ, ਇਹ ਸੂਬੇ ਦੇ ਲੋਕਾਂ ਦੇ ਲਈ ਇਹ ਸਾਰਥਕ ਫੈਸਲਾ ਹੈ? ਪ੍ਰਸਥਿਤੀਆਂ ਅੱਜ ਵੀ ਇਸ ਕਦਰ ਬਣੀਆਂ ਹੋਈਆਂ ਕਿ ਹਿਮਾਚਲ 'ਚ ਭਾਰੀ ਬਾਰਿਸ਼ਾਂ ਹੋ ਰਹੀਆਂ, ਪੰਜਾਬ ਦੇ ਕਈ ਜ਼ਿਲ੍ਹੇ, ਚਾਹੇ ਸਤਲੁਜ ਦੀ ਗੱਲ ਕਰ ਲਈਏ, ਬਿਆਸ ਦੀ ਗੱਲ ਕਰ ਲਈਏ, ਰਾਵੀ ਦੀ ਗੱਲ ਕਰ ਲਈਏ, ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹੈ। ਵੱਡੀ ਵਿਪਤਾ ਜਿਹੜੀ ਹੈਗੀ ਹੈ ਵੱਖ ਵੱਖ ਖੇਤਰਾਂ 'ਚ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਵਿਚਕਾਰ ਬਣੀ ਹੋਈ ਹੈ। ਇਸ ਦੇ ਚੱਲਦਿਆਂ ਜਿਹੜੀ ਪੇਂਡੂ ਪੱਧਰ ਦੀ ਲੀਡਰਸ਼ਿਪ, ਮੈਂ ਇਸ ਕਰਕੇ ਵੀ ਗੱਲ ਕਰਨ ਲੱਗਿਆ ਕਿਉਂਕਿ ਜਿਹੜੀ ਸਭ ਤੋਂ ਵੱਡੀ ਮਾਰ ਹੈ ਉਹ ਪਿੰਡਾਂ ਦੇ ਅੰਦਰ ਪਈ ਹੈ, ਖੇਤੀ ਸੈਕਟਰ ਨੂੰ ਪਈ ਹੈ, ਅਤੇ ਉਸੇ ਲੀਡਰਸ਼ਿਪ ਨੂੰ ਜਿਹੜਾ ਹੈਗਾ ਨਿਹੱਥਾ ਕਰ ਦਿੱਤਾ ਗਿਆ। ਕਿੰਨਾ ਕੁ ਵਾਜਬ ਸੁਨੇਹਾ, ਇਹਨਾਂ ਮੁੱਦਿਆਂ 'ਤੇ ਪੈਨਲ 'ਚ ਆਪਾਂ ਜਿਹੜੇ ਮਹਿਮਾਨ ਬੇਨਤੀ ਕਰਕੇ ਆਏ ਹੈ, ਜਿਨ੍ਹਾਂ ਨੂੰ ਬੇਨਤੀ ਕਰਕੇ ਆਉਣ ਲਈ ਕਿਹਾ ਗਿਆ, ਪੈਨਲ 'ਤੇ ਜੁੜੇ ਆ ਸਾਡੇ ਨਾਲ, ਉਹਨਾਂ ਦੀ ਜਾਣ ਪਹਿਚਾਣ ਕਰਾਉਣ ਤੋਂ ਪਹਿਲਾਂ ਦਰਸ਼ਕਾਂ ਦੇ ਲਈ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਅੱਜ ਦੀ ਬਹਿਸ ਨੂੰ ਗੈਰ ਰਾਜਸੀ ਰੱਖਿਆ ਗਿਆ। ਹੜ੍ਹਾਂ ਦੀ ਗੱਲ ਹੋਵੇ ਚਾਹੇ ਪੰਚਾਇਤਾਂ ਦੀ ਗੱਲ ਹੋਵੇ, ਸਾਰਥਕ ਮੁੱਦਿਆਂ 'ਤੇ ਅਸੀਂ ਯਤਨ ਕੀਤਾ ਕਿ ਸਪਸ਼ਟ ਸੁਨੇਹਾ ਜਾਣਾ ਚਾਹੀਦਾ ਕਿ ਵਾਸਤਵਿਕਤਾ ਦੇ ਵਿੱਚ ਹੋ ਕੀ ਰਿਹਾ। ਸਾਡੇ ਨਾਲ ਬਿਲਕੁਲ ਜਿਹੜਾ ਬਾਰਡਰ ਖੇਤਰ ਤੋਂ ਗੁਰਦਾਸਪੁਰ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਸੀਨੀਅਰ ਜਰਨਲਿਸਟ ਗੁਰਪ੍ਰੀਤ ਸਿੰਘ ਬਣੇ ਹੋਏ ਹੈ ਬਾਰਡਰ ਦੇ ਖੇਤਰ ਵਿੱਚੋਂ ਹੀ। ਪੰਥਦੀਪ ਸਿੰਘ ਸਾਬਕਾ ਸਰਪੰਚ, ਉਹ ਸਰਪੰਚ ਨੇ ਜਿਨ੍ਹਾਂ ਨੇ ਕੌਮੀ ਪੱਧਰ 'ਤੇ ਆਪਣੀ ਕਾਰਗੁਜ਼ਾਰੀ ਦੇ ਰਾਹੀਂ ਪਿੰਡ ਦਾ ਨਾਂ ਚਮਕਾਇਆ, ਅਵਾਰਡ ਹਾਸਲ ਕੀਤੇ ਹੈ, ਜਾਣੇ ਪਛਾਣੇ ਯੁਵਾ ਚਿਹਰੇ ਹੈ। ਇਸੇ ਤਰੀਕੇ ਨਾਲ ਸਾਡੇ ਨਾਲ ਜਿਹੜਾ ਹੈਗਾ ਪੰਚਾਇਤਾਂ ਦੀ ਯੂਨੀਅਨ, ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਪੰਚਾਇਤਾਂ ਦੀ ਤਾਂ ਪੰਚਾਇਤ ਯੂਨੀਅਨ ਦੇ ਜਿਹੜੇ ਪ੍ਰਧਾਨ ਹੈ ਹਰਮਿੰਦਰ ਸਿੰਘ ਮਾਵੀ, ਮਾਵੀ ਜੀ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਆ, ਆਪਾਂ ਉਹਨਾਂ ਨੂੰ ਵੀ ਜੇ ਆਖਦੇ ਹਾਂ। ਡਾਕਟਰ ਬੂਟਾ ਸਿੰਘ ਬਰਾਗੀ ਰਾਜਸੀ ਵਿਸ਼ਲੇਸ਼ਕ ਦਾ ਹਾਨੀ ਪਰ ਕਾਨੂੰਨੀ ਮਾਹਰ ਵੀ ਹੈ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਵੈਲਕਮ ਕਰਦਾ ਹਾਂ, ਜੀ ਆਖਦਾ। ਗੁਰਬੀਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜਿੱਦਾਂ ਮੈਂ ਗੱਲ ਕੀਤੀ ਹੈ ਬਾਰਡਰ ਦੀ ਇੱਕ ਪਾਸੇ ਹੜ੍ਹਾਂ ਦੀ ਸਥਿਤੀ, ਤੁਸੀਂ ਬਿਲਕੁਲ ਜਿਹੜਾ ਹੈਗਾ ਹਿਮਾਚਲ ਦੇ ਨਾਲ ਲੱਗਦਾ ਤੁਹਾਡਾ ਜ਼ਿਲ੍ਹਾ, ਦਰਿਆ ਕਿਸ ਕਦਰ ਉਛਾਲੇ ਮਾਰ ਰਹੇ ਹੈ,
और दूजे पासे पेंडू लीडरशिप जिहड़ी नहत्थी कर दित्ती गई है किहो जिहियां परिस्थितियां दा सामना करना पै रहा है। देखो जगतार जी, जे आपां हड़ां दी सिचुएशन ते पहले मैं जे गल करां तां हड़ां दी सिचुएशन गुरदासपुर पठानकोट जिहड़ा इह सरहदी इलाका इत्थे दो दरियावां इह कहिंदे आ कि दो दरिया बचाउंदे वी ने ते दो दरिया इस इन्हां जिलिआं नूं सब तों वड्डी मार दिंदे वी ने। उह दोवें रावी अते दरिया और ब्यास दी गल करदा पिआ मैं और दोवां दे विचकार इह दो जिले ने और बिलीव करो कि यह पिछले दिनों दे विच जिहड़ा पिछला एक हफ्ता बीतिया और अगों जिहड़े चार दिन का अलर्ट होर जारी है चाहे वह हिमाचल का चाहे वह पंजाब का उहदे विचकार सब तो वड्डी जिहड़ी है वह मार जिहड़ी झेलनी पई है वह माझे नूं गुरदासपुर नूं झेलनी पई है और दूसरे पासे दुआबे दे विच भी काफ़ी पिंड ने जिहड़े इहदे नाल प्रभावित हुए ने हुशियारपुर के पिंड ने ब्यास दरिया दी मार नाल और हालात बहुत ज़्यादा जे कह लईए माड़े ने मैं कहां तां बदतर कह सकदा कि उन्हां इलाकियां दे विच जिहड़ा दरिया दे विच पाड़ पै गया नहिरां दे विच पाड़ पिया तां सांभिया जा सकदा सी लेकिन दरिया दे तुसीं बंध दे विच पाड़ पिया और लोगों की हिम्मत है कि वह पाड़ भावें बन लिया गया हुण पानी उतर गया लेकिन फिर खतरा मंडरा रहा क्योंकि बारिश जिहड़ी है वह हिमाचल च लगातार हो रही है जम्मू कश्मीर च हो रही है और उहदा जिहड़ा पानी का फ्लो है जिवें पानी नीवियां वल आता तो पानी नीवियां वल ही आना तो नीवियां वल आपां पंजाब बैठे हाँ और पहला जिला जिहड़ा वह फेस करन लई पंजाब दा गुरदासपुर है और वह फेस कर रहा और इहदे विचकार जदों पंचायतां की गल करिए तो यह जिहड़ा जिहड़ी सारी फ्लड सिचुएशन है सारे पिंडां दे विच है ना कि कोई शहर दे विच नहीं है कोई शहर का एरिया अजे तक प्रभावित नहीं होया सब तो पहली मार जिहड़ी पिंडां नूं ही पैंदी है क्योंकि दरिया के कंढे सारे पिंड ही वसदे ने चाहे वह बॉर्डर के पिंड होण या दूसरे पिंड होण जिहड़े हुशियारपुर और गुरदासपुर के विचाले पिंड ब्यास वगदी है। गुरबीर जी जदों आपां पिंडां दी मार गल करदे हां गुरबीर जी मैं तुहाडी गल च वाधा ही करना चाहांगा कि हज़ारां हज़ारां एकड़ जिहड़ी फसल बर्बाद हुई है वह भी पिंडां नाल ही संबंध रखदे आ सीधे तौर ते सारे लोग देखो देखो सारी फसल बर्बाद हो गई कमाद की फसल है उस इलाके दे विच सब तो वध झोने की फसल सी जिहड़ी दो बार झोना उन्हां नूं लाना पिया दोवें वारी दूसरी बार भी वह डुब गया और दूसरे पासे लोगों के घर तक पानी ने मार की और लोगों का जिहड़ा जन जीवन है बिल्कुल प्रभावित होया और तस्वीर बहुत भावुक करने वाली भी सन जो मैं दो दिन पहला उस एरिए ग्राउंड रिपोर्ट कर पहुंचा तो लोगों के घर पानी भावें उतर गया लेकिन घर रहन योग नहीं है स्थिति क्योंकि घर जो चिक्कड़ है या गारा जरा पिंड के छप्पड़ का हो पानी लैके अंदर आ गया वह बाहर क्ढना बहुत औखा और लोग तो हजे पूरी तरह पहुंचे भी नहीं है घर च दो जी आए ने बाकी बच्चों या बजुर्गों बाकी रिश्तेदार या दूर दराडे रखा गया उच्चिया थावान जिते सुरक्षित थावान कह सकते हैं और ये जो पंचायत की गल आती तो बड़ी अहम रोल है क्योंकि एक पिंड वासी जरा ਉਹਦਾ ਸਭ ਤੋਂ ਪਹਿਲਾਂ ਜਦੋਂ ਘਰ ਦਾ ਬੂਹਾ ਖੋਲਦਾ ਤਾਂ ਉਹਦੀ ਪਹੁੰਚ ਜਿਹੜੀ ਆਪਣੇ ਸਰਪੰਚ ਤੱਕ ਹੁੰਦੀ ਹੈ ਜਾਂ ਉਹਦੇ ਪੰਚ ਤੱਕ ਹੁੰਦੀ ਹੈ ਮੈਂਬਰ ਤੱਕ ਹੁੰਦੀ ਹੈ ਉਹ ਚਾਰ ਜਾਂ ਪੰਜ ਜਾਣੇ ਜਾਂ ਛੇ ਜਾਣੇ ਜਿਹੜੇ ਲੋਕ ਹੁੰਦੇ ਨੇ ਪਿੰਡ ਦੇ ਉਹੀ ਮੂਹਤਵਾਰ ਹੁੰਦੇ ਨੇ ਉਹੀ ਸਾਰੀ ਉਸ ਪਿੰਡ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਨੇ ਤੇ ਉਹਦੇ ਵਿਚਕਾਰ ਜਦੋਂ ਪਿੰਡ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਕੋਲ ਉਹੀ ਸਾਰੀਆਂ ਪਾਵਰਾਂ ਖੋਲੀਆਂ ਜਾਣ ਤਾਂ ਤੁਸੀਂ ਦੇਖੋ ਉਦੋਂ ਸਥਿਤੀ ਕਿਹੋ ਵੀ ਹੋਊਗੀ ਅੱਜ ਜੇ ਕੋਈ ਮਦਦ ਕਰ ਰਿਹਾ ਤਾਂ ਉਹ ਆਪਣੇ ਤੌਰ ਤੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ जो सरपंच की गल करो या उस पंचायत की गल करो या लोगों की गल करो तो लोग एक दूसरे पिंड आके उ राशन पहुँचा रहे हैं या लोग उत्थे कोई जे आप पशुओं की गल करिए डंगर की गल करिए तो उन्होंने चारा का बहुत वड्डी मुश्किल है एक जो बेजुबाना जानवर है तो भी रोटी चाहिए है उन्होंने भी खाना चाहिए तो भी जो सारा इंतजाम लोग कर रहे हैं जो पंचायतों की गल करते हैं तो पंचायत सरपंच अपने तौर पर करते रहे हैं लेकिन जो जी एक कह लिए कि कुर्सी से बैठे बंदे को अधिकार जड़े ने अधिकारित नहीं है और अधिकार खोले जान का उस तो बाद जी एक आम इंसान वांगू वह पिंड वासी वांगू अगे लग के जरूर मदद करते हैं लेकिन स्वाभाविक है कि कई थावां ते देखो जो पंचायतों की गल आती है तो देखो आप रिजर्वेशन रिजर्व भी करते हैं कि ऐसी रिजर्व ने कई पिंड ऐसे जे कई कई सरपंच या पंचायतों के जो नुमाइंदे होंगे इन्ने तनाड नहीं होंगे कि वह कोलों कुछ कोई मदद कर सकन तो वह उन्होंने पिंड के हालात जोड़े ने वो एक निहत्ते होकर बैठे हुए हैं लोग एडमिनिस्ट्रेटर या पंचायत सैकटरी है देखो एक पिंड वासी की नेड़ता जी एक आपसी जो संबंध है वह पंचायत का और पिंड वासी का सरपंच का जो नेड़ता नेड़ता कोई भी अधिकारी नहीं निभा सकता चाहे वह पंचायत सैकटरी हो उस पिंड
ਨਾਲ ਜੁੜਿਆ ਹੋਵੇ, ਉਹਨਾਂ ਦੀ ਪੰਚਾਇਤ ਨਾਲ, ਚਾਹੇ ਉਹ ਬੀਡੀਪੀ ਹੋਵੇ, ਉਹਨਾਂ ਨੂੰ ਬੂਹਾ ਖੜਕਾਉਣ ਵਾਸਤੇ, ਜਿਹੜੀ ਗੱਲ ਮੈਂ ਪਹਿਲੇ ਕਹੀ ਕਿ ਬੂਹਾ ਖੋਲਦੇ ਆ, ਪਹਿਲੇ ਸਰਪੰਚ ਦਾ ਘਰ ਨਜ਼ਰ ਆਉਂਦਾ ਸੀ ਜੀ, ਗੋਬੀ ਬਿਲਕੁਲ, ਉਹਨਾਂ ਨੂੰ ਗੁਰਦਾਸਪੁਰ ਜਾਣਾ ਪਏਗਾ ਜਾਂ ਉਹਨਾਂ ਨੂੰ ਆਪਣੀ ਫਰਿਆਦ ਲੈ ਕੇ ਸਰਕਾਰੀ ਦਫ਼ਤਰ ਲੈ ਕੇ ਜਾਣਾ ਪਿਆ। ਮਿਹਰਬਾਨੀ, ਆਪਾਂ ਇਸ ਮੁੱਦੇ ਤੇ ਵਾਪਸ ਆਉਂਦੇ ਹਾਂ ਤੁਹਾਡੇ ਵੱਲ। ਮਾਵੀ ਸਾਹਿਬ, ਤੁਸੀਂ ਨੁਮਾਇੰਦਗੀ ਕਰਦੇ ਹੋ ਪ੍ਰਧਾਨ ਹੋ ਪੰਚਾਇਤਾਂ ਦੇ, ਜੋ ਸਥਿਤੀ ਜਿੱਦਾਂ ਸਾਡੇ ਸੀਨੀਅਰ ਜਰਨਲਿਸਟ ਉਹਨਾਂ ਨੇ ਵਰਣਨ ਕੀਤਾ ਸਥਿਤੀ ਦਾ, ਕਿ ਇੱਕ ਪਾਸੇ ਹੜ੍ਹਾਂ ਦੀ ਸਥਿਤੀ ਹੈ ਵੱਡੀ ਵਿਵਸਥਾ ਪਿੰਡਾਂ ਦੇ ਅੰਦਰ, ਦੂਜੇ ਪਾਸੇ ਜਿਹੜੀ ਪਿੰਡਾਂ ਦੀ ਲੀਡਰਸ਼ਿਪ ਹੈ ਉਹੀ ਪੰਚਾਇਤਾਂ ਭੰਗ ਕਰਕੇ ਨਿਹੱਥੀ ਕਰ ਦਿੱਤੀ ਗਈ ਹੈ, ਇਹ ਸਥਿਤੀ ਨੂੰ, ਇਸ ਵਰਤਾਰੇ ਨੂੰ ਤੁਸੀਂ ਕੀ ਕਹੋਗੇ? ਦੇਖੋ, ਜਿਹੜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਲਿਆ ਪੰਚਾਇਤਾਂ ਨੂੰ 5.5 ਮਹੀਨੇ ਪਹਿਲਾਂ ਭੰਗ ਕਰਨ ਦਾ ਜੀ, ਇਹ ਬੜਾ ਨਿੰਦਣਯੋਗ ਫੈਸਲਾ ਹੈ, ਕਿਉਂਕਿ ਪੰਜਾਬ ਦੇ ਸਾਰੇ ਪਿੰਡ ਜਿਹੜੇ ਜਿਨ੍ਹਾਂ ਨੂੰ ਪੰਚਾਇਤਾਂ ਚਲਾਉਂਦੀਆਂ ਸੀ, ਅਤੇ ਸਮੇਂ ਸਮੇਂ 'ਤੇ ਸਰਪੰਚ ਕੋਲ ਲੋਕ ਆਪਣੀਆਂ ਜਿਹੜੀਆਂ ਪ੍ਰੋਬਲਮ ਹੈ, ਮੁਸੀਬਤਾਂ ਹੈਗੀਆਂ, ਉਹ ਲੈ ਕੇ ਆਉਂਦੇ ਨੇ, ਔਰ ਪੰਚਾਇਤਾਂ ਮਿਲ ਬੈਠ ਕੇ ਉਹਨੂੰ ਹੱਲ ਕਰਦੀਆਂ ਨੇ। ਪਰ ਜਿਹੜਾ ਇਹ ਬਰਸਾਤਾਂ ਦਾ ਸਮਾਂ ਸੀ, ਇਹ ਪਤਾ ਹੋਣਾ ਚਾਹੀਦਾ ਸੀ ਸਰਕਾਰ ਨੂੰ ਕਿ ਇਹਦੇ ਵਿੱਚ ਕੋਈ ਵੱਡੀ ਮੁਸੀਬਤ ਵੀ ਆ ਸਕਦੀ ਹੈ। ਆ ਜਿਵੇਂ ਗੁਰਪ੍ਰੀਤ ਹੋਰਾਂ ਨੇ ਬੜਾ ਵਧੀਆ ਦੱਸਿਆ ਉੱਥੇ ਦੀ ਸਥਿਤੀ ਬਾਰੇ, ਗੁਰਦਾਸਪੁਰ ਬਾਰੇ, ਕਿ ਉੱਥੇ ਅੱਜ ਬਹੁਤ ਬੁਰਾ ਹਾਲ ਹੈ, ਪਿੰਡਾਂ ਦੇ ਪਿੰਡ ਹੜ੍ਹ ਗਏ ਨੇ, ਲੋਕਾਂ ਦੀਆਂ ਫਸਲਾਂ ਹੜ੍ਹ ਗਈਆਂ ਨੇ। ਅਸੀਂ ਕਈ ਵਾਰੀ ਵੀਡੀਓ 'ਚ ਦੇਖਦੇ ਹਾਂ ਲੋਕਾਂ ਦੀਆਂ ਮੱਝਾਂ ਗਾਵਾਂ ਸਾਰਾ ਕੁਛ ਉੱਥੋਂ ਹੜ੍ਹ ਗਿਆ। ਲੇਕਿਨ ਇਹ ਵੀ ਇਹਨਾਂ ਨੇ ਗੱਲ ਵਧੀਆ ਕੀਤੀ ਹੈ ਕਿ ਕੋਈ ਅਧਿਕਾਰੀ ਉੱਥੇ ਆ ਕੇ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਅਧਿਕਾਰੀ ਨੂੰ ਕੋਈ ਨਿੱਜੀ ਤੌਰ 'ਤੇ ਜਿਹੜੇ ਲੋਕ ਹੈ ਉਹ ਨਹੀਂ ਜਾਣਦੇ ਹੁੰਦੇ, ਬਿਲਕੁਲ ਅਧਿਕਾਰੀ ਨਾਲ ਗੱਲ ਕਰਨ ਲੱਗਿਆ ਵੀ ਉਹਨਾਂ ਨੂੰ ਝਿਜਕਾਊਗੀ। ਜਿਹੜਾ ਉਹਨਾਂ ਦਾ ਸਰਪੰਚ ਹੈ, ਪਿੰਡ ਦਾ ਸਰਪੰਚ ਹੈ, ਉਹ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ, ਇੱਕ ਉਹ ਪਰਿਵਾਰ ਦਾ ਮੁਖੀ ਦੀ ਤਰ੍ਹਾਂ, ਪਿੰਡ ਦੇ ਲੋਕ ਉਹਦੇ ਮੈਂਬਰ ਨੇ, ਪਰਿਵਾਰ ਦੇ ਮੈਂਬਰ ਨੇ, ਉਹ ਆ ਕੇ ਉਹਨਾਂ ਨੂੰ ਦੱਸ ਸਕਦੇ ਹੈ। ਅੱਜ ਚਲੋ ਜਿੱਥੇ ਹੜ੍ਹਾਂ ਦੀ ਸਥਿਤੀ ਹੈ, ਜਿੱਥੇ ਉਹਨੂੰ ਕਬਜ਼ੇ 'ਚ ਲੈਣਾ ਸੀ, ਕੱਲ੍ਹ ਉੱਥੇ ਗਰਦੌਰੀਆਂ ਵੀ ਹੋਣੀਆਂ, ਲੋਕਾਂ ਨੂੰ ਮੁਆਵਜ਼ਾ ਵੀ ਮਿਲਣਾ ਜਾਂ ਦੇਣਾ ਨਹੀਂ ਦੇਣਾ ਸਰਕਾਰ ਦਾ ਬਾਅਦ ਦੀ ਗੱਲ ਹੈ, ਪਰ ਲੋਕਾਂ ਨੇ ਦਰਖਾਸਤਾਂ ਜ਼ਰੂਰ ਲੈ ਕੇ ਸਰਪੰਚ ਕੋਲ ਆਉਣੀਆਂ। ਜਦੋਂ ਉਹਦੇ ਕੋਲ ਹੁਣ ਸਟੈਂਪ ਲਾਉਣ ਦਾ ਅਧਿਕਾਰ ਨਹੀਂ, ਸਾਈਨ ਕਰਨ ਦਾ ਅਧਿਕਾਰ ਨਹੀਂ, ਤਾਂ ਲੋਕ ਫਿਰ ਕਿਹਦੇ ਕੋਲ ਜਾਣਗੇ? ਜਾਣਗੇ ਕਿੱਧਰ ਨੂੰ? ਜਾਣਗੇ ਕਿਹੜੇ ਪਾਸੇ? ਲੇਕਿਨ ਇਹ ਸਰਕਾਰ ਦੀ, ਮੈਂ ਕਹਿੰਦਾ ਜੀ, ਬਹੁਤ ਵੱਡੀ ਇੱਕ ਨਲਾਇਕੀ ਹੈ ਜਿਹੜੀਆਂ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰੀਆਂ, ਇਹ ਨਹੀਂ ਕਰਨੀਆਂ ਚਾਹੀਦੀਆਂ ਸੀ। ਸੋਰੀ, ਵਿੱਚੋਂ ਟੋਕਣ ਲੱਗਿਆ, ਇੱਕ ਸਵਾਲ ਇਹ ਵੀ ਬਣਦਾ ਕਿ ਪੰਚਾਇਤਾਂ ਭੰਗ ਕੀਤੀਆਂ, ਲੋਕਾਂ ਦੇ ਸਟੈਂਪ ਲਗਾਉਣ ਦੀ ਗੱਲ ਜਾਂ ਉਹਨਾਂ ਦੀ ਮਦਦ ਕਰਨ ਦੀ ਗੱਲ ਤਾਂ ਹੈ ਹੀ ਹੈ, ਪਰ ਜਿਹੜੇ ਥੋੜ੍ਹੇ ਬਹੁਤੇ ਪੰਚਾਇਤਾਂ ਦੇ ਆਪਣੇ ਫੰਡਸ ਹੁੰਦੇ ਆ, ਇਹੋ ਜਿਹੀ ਵਿਵਸਥਾ ਦੇ ਵੇਲੇ ਉਹ ਕੰਮ ਕਰ ਸਕਦੇ ਹੈ, ਅੱਗੇ ਆ ਕੇ ਜਿਹੜੀ ਅਗਵਾਈ ਕਰ ਸਕਦੇ ਹੈ, ਉਹ ਸਾਰੇ ਕਾਸ ਤੋਂ ਵੀ ਵਾਂਝਾ ਹੋ ਗਿਆ, ਕਿਉਂਕਿ ਬ੍ਰੇਕਾਂ ਹੀ ਲੱਗ ਗਈਆਂ, ਹੁਣ ਪੰਚਾਇਤਾਂ ਦੇ ਫੰਡਸ ਉਹ ਨਹੀਂ ਇਸਤੇਮਾਲ ਕਰ ਸਕਦੇ, ਕੋਈ ਕਿਸੇ ਕਿਸਮ ਦੀ ਜਿਹੜੀ ਅਗਵਾਈ ਉਹ ਨਹੀਂ ਕਰ ਸਕਦੇ, ਕਿਸੇ ਪ੍ਰੋਜੈਕਟ ਦੀ ਗੱਲ ਕਰ ਲਈਏ, ਚਾਹੇ ਵਿਵਸਥਾ ਦੀ ਗੱਲ ਕਰ ਲਈਏ ਜਾਂ ਪਰਿਵਾਰ ਦੀ ਮਦਦ ਦੀ ਗੱਲ ਕਰ ਲਈਏ, ਲੱਗਦਾ ਨਹੀਂ ਕਿ ਉਸ ਸਥਿਤੀ ਦੇ ਅੰਦਰ ਵੀ ਹੁਣ ਪੰਚਾਇਤ ਜਿਹੜੀ ਇਸ ਤਰ੍ਹਾਂ ਨਿਹੱਥੀ ਹੋ ਗਈ ਹੈ ਕਿ ਪਿੰਡ ਦੀ ਮਦਦ ਹੀ ਨਹੀਂ ਕਰ ਪਾਏਗੀ, ਜੇ ਮੌਕਾ ਵੀ ਬਣੇ ਕੋਈ। ਦੇਖੋ, ਜਿਹੜੀਆਂ 9 ਤਰੀਕ ਨੂੰ ਪੰਚਾਇਤਾਂ ਭੰਗ ਕਰੀਆਂ ਹੈ, ਅਤੇ 10 ਤਰੀਕ ਨੂੰ ਇਹ ਵੀ ਚਿੱਠੀ ਕੱਢਤੀ ਹੈ ਕਿ ਜਿਹੜੇ ਪੰਚਾਇਤੀ ਫੰਡ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇ, ਕੋਈ ਪੰਚਾਇਤ ਆਪਣਾ ਫੰਡ ਨਹੀਂ ਨਾ ਕਢਾ ਸਕੇ। ਤਾਂ ਉੱਪਰੋਂ ਇਹ ਐਡੀ ਵੱਡੀ ਮੁਸੀਬਤ ਆਈ ਹੋਈ ਹੈ, ਲੇਕਿਨ ਮੈਂ ਨਹੀਂ ਮੰਨਦਾ ਕਿ ਕੋਈ ਸਰਪੰਚ 99% ਸਰਪੰਚ ਉਹ ਹੋਣਗੇ ਜਿਹੜੇ ਘਰੋਂ ਨਹੀਂ ਪੈਸਾ ਖਰਚ ਸਕਦੇ। ਔਰ ਦੂਜੀ ਗੱਲ ਇਹ ਹੈ ਕਿ ਸਰਪੰਚਾਂ ਦੇ ਉੱਤੇ ਤਾਂ ਪਹਿਲਾਂ ਹੀ ਬੜਾ ਭਾਰ ਪੈ ਗਿਆ, ਇੱਕਦਮ ਉਦੋਂ ਹੀ ਪਤਾ ਲੱਗਿਆ ਕਿ ਪੰਚਾਇਤਾਂ ਭੰਗ ਕਰਤੀਆਂ, ਕੋਈ ਸਮਾਂ ਨਹੀਂ ਦਿੱਤਾ। ਨਹੀਂ ਤਾਂ ਅਕਸਰ ਦੇਖੋ, ਪਹਿਲਾਂ ਵੀ 1952 ਤੋਂ ਲੈ ਕੇ ਪੰਚਾਇਤਾਂ ਬਣਦੀਆਂ ਆਉਂਦੀਆਂ, ਪਰ ਇਹੋ ਜਿਹਾ ਹੁਕਮ ਕਿਸੇ ਵੀ ਸਰਕਾਰ ਨੇ ਨਹੀਂ ਚੜਾਇਆ। ਨਹੀਂ ਤਾਂ ਦੱਸਣਾ ਹੁੰਦਾ ਕਿ ਅੱਜ ਤੋਂ 1 ਮਹੀਨੇ ਤੱਕ ਅਸੀਂ ਇਹ ਪੰਚਾਇਤਾਂ ਭੰਗ ਕਰ ਦੇਣੀਆਂ, ਇਸ ਤਰੀਕ ਨੂੰ ਇਲੈਕਸ਼ਨ ਹੋਣੀ ਹੈ, ਡੇਟਾਂ ਵੀ ਪਹਿਲਾਂ ਉਹਦੀ ਜਿਹੜੀ ਤਜਵੀਜ਼ ਹੈ ਉਹ ਚੋਣ ਕਮਿਸ਼ਨ ਨੂੰ ਭੇਜਣੀ ਬਣਦੀ ਹੈ, ਗਵਰਨਰ ਸਾਹਿਬ ਨੂੰ ਵੀ ਭੇਜਣੀ ਬਣਦੀ ਹੈ। ਲੇਕਿਨ ਇਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ, ਸਿਰਫ ਸਿੱਧਾ ਪੰਚਾਇਤਾਂ ਨੂੰ ਭੰਗ ਕਰਕੇ ਉਹਨਾਂ ਦੇ ਜਿਹੜੇ ਖਾਤੇ ਆ ਉਹ ਸੀਲ ਕਰਤੇ ਆ। ਤਾਂ ਹੁਣ ਜਿਹੜਾ ਮੈਂ ਗੱਲ ਕਰ ਰਿਹਾ ਸੀ ਸਰਪੰਚਾਂ ਦੇ ਉੱਤੇ, ਤਾਂ ਜਿਹੜੀਆਂ ਵੈਸੇ ਹੀ ਦੇਣਦਾਰੀਆਂ, ਕਿਸੇ ਨੇ ਬਜਰੀ ਚੱਕੀ ਆ, ਸੀਮਿੰਟ ਚੱਕਿਆ, ਸਰੀਆ ਚੱਕਿਆ, ਜਿਹੜਾ ਪਿੰਡ ਦੀ ਡਿਵੈਲਪਮੈਂਟ ਦਾ ਜਿਹੜਾ ਪੈਸਾ, ਅੱਜ ਉਹ ਵੀ ਉਹਨਾਂ ਦੇ ਸਿਰ 'ਤੇ ਖੜ੍ਹਾ। ਲੋਕ ਜਿਹੜੇ ਸਪਲਾਇਰ ਸੀ ਉਹਨਾਂ ਨੂੰ ਤੰਗ ਕਰਦੇ ਨੇ ਸਾਡੀਆਂ ਪੇਮੈਂਟਾਂ ਤੋਂ, ਉੱਧਰੋਂ ਨਾ ਤਾਂ ਉਹ ਮਤਾ ਪਾ ਸਕਦੇ ਆ, ਨਾ ਕਿਸੇ ਦਾ ਚੈੱਕ ਕੱਢ ਸਕਦੇ ਆ। ਉਹ ਵੀ ਬੜਾ ਵੱਡਾ ਇੱਕ ਭਾਰ ਪੰਚਾਇਤਾਂ ਸਰਪੰਚਾਂ 'ਤੇ ਪੈ ਗਿਆ।
उन्होंने किसी का दस लाख खड़ा किसी का पांच लाख खड़ा किसी का बेचारा गरीब है। तुम पहले ही गल करके हटे हो कि कई रिजर्व पंचायत वो बेचारे अपने रोटी रोजी बड़ी मुश्किल तोड़ते हैं लोगों का पैसा कितों दे देना तो आ दूजी जी वड्डी मुसीबत उत्ते आई है ये तो बिल्कुल ही बेचारे नहीं खर्च सकते। असी पंजाब के लोगों का बहुत फिर भी बहुत बड़ा धन्यवाद करते हैं उन्होंने रल मिल के ਇਹ ਸਥਿਤੀ ਨੂੰ ਨਜਿੱਠਿਆ ਜੀ ਜੀ ਲੋਕਾਂ ਨੇ ਐਨ ਆਰ ਆਈ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹੋ ਜਿਹੇ ਮਾੜੇ ਸਮੇਂ ਦੇ ਵਿੱਚ ਲੋਕਾਂ ਦੀ ਬਾਹ ਫੜੀ ਜੀ। ਥੈਂਕ ਯੂ ਵੈਰੀ ਮੱਚ ਮਾਈ ਸਰ ਫਿਰ ਆਉਂਦੇ ਆਪਾਂ ਇਸੇ ਮੁੱਦੇ 'ਤੇ ਸਾਡੇ ਨਾਲ ਪੰਦੀਪ ਜਿਹੜਾ ਹੈਗਾ ਬਣੇ ਹੋਏ ਪੰਦੀਪ ਤੁਸੀਂ ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਹੈ ਆਪਣੇ ਪਿੰਡ ਨੂੰ ਇੰਨਾ ਅੱਗੇ ਲੈ ਕੇ ਗਏ ਹੋ ਕਿ ਕੌਮੀ ਪੱਧਰ 'ਤੇ ਅਵਾਰਡ ਹਾਸਲ ਕੀਤਾ ਅਤੇ ਪਰ ਹੁਣ ਉਹੀ ਪੰਚਾਇਤ ਜਿਹੜੀ ਜਿਹਦੇ ਨਿਹੱਥੀ ਹੋ ਕੇ ਬੈਠੀ ਹੋਏਗੀ ਕਿਹੋ ਜਿਹੀ ਸਥਿਤੀ 'ਚ ਦੇਖਦੇ ਹੋ। सरकार ने जड़ा एक फरमान जारी किया है कि एकदम ही सानू जदों ये नोटिस मिलिया कि पंचायतां जिहड़ियां ने वो भंग कर दित्तियां गईयां न्यूज़ चैनल्स दे विच देखण तो बाद तां साडे जिहड़ियां भी सरपंच जिन्ने लोकां नाल मेरी गल हुई तां जिवें प्रधान जी ने पहलां हुणे ही दस्सिया कि बहुत सारियां पंचायतां दीयां देणदारियां पईयां सन क्योंकि सरपंच दे मूंह बहुत सारियां अजिहियां फर्मां ने जिहड़ियां उधार समान दे दिंदियां ने तां उहनां दी पेमेंट बाद विच ਕੀਤੀ ਜਾਂਦੀ ਹੈ। ਸੋ ਉਹਦੇ ਨਾਲ ਨਾਲ ਇੱਕ ਜਿਹੜਾ ਹੋਰ ਇਸ ਤੋਂ ਵੱਡੀ ਮੁਸ਼ਕਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਵੇਂ ਸਕੂਲਾਂ ਦੇ ਵਿੱਚ ਬੱਚਿਆਂ ਦੇ ਦਾਖਲੇ ਹੋਏ ਆ ਉਹਨਾਂ ਦੇ ਜਿਹੜੇ ਐਗਜ਼ਾਮੀਨੇਸ਼ਨ ਫਾਰਮ ਜਾਣੇ ਆ ਉਹਨਾਂ ਸਕਾਲਰਸ਼ਿਪ ਅਪਲਾਈ ਕਰਨੀ ਆ ਤਾਂ ਉਹਦੇ ਲਈ ਜਿਹੜੀ ਸਰਪੰਚ ਦੀ ਅਟੈਸਟੇਸ਼ਨ ਆ ਉਹ ਬਹੁਤ ਜ਼ਰੂਰੀ ਹੁੰਦੀ ਆ। ਸੋ ਕੋਈ ਵੀ ਸਰਟੀਫਿਕੇਟ ਬਣਾਉਣ ਦੇ ਲਈ ਅਗਰ ਉਹਨਾਂ ਨੇ ਕੁਝ ਅਟੈਸਟ ਕਰਵਾਉਣਾ ਤਾਂ ਉਹਨਾਂ ਨੂੰ ਸਰਪੰਚ ਦੇ ਕੋਲ ਜਾਣਾ ਪੈਂਦਾ ਲੇਕਿਨ ਜਦੋਂ ਸਰਪੰਚ ਦੇ ਕੋਲ ਮੋਹਰ ਲਗਾਉਣ ਦੀ ਪਾਵਰ ਨਹੀਂ ਤਾਂ ਉਹਨਾਂ ਲੋਕਾਂ ਨੂੰ ਵੀ ਇਸ ਦੀ ਇੱਕ ਬਹੁਤ ਵੱਡੀ ਜਿਹੜੀ ਮੁਸ਼ਕਲ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਕਿਉਂਕਿ ਜਿਵੇਂ ਪਹਿਲਾਂ ਗੱਲ ਹੋ ਰਹੀ ਸੀ ਕਿ ਸਰਪੰਚ ਇੱਕ ਪਰਿਵਾਰ ਦਾ ਜੀ ਇੱਕ ਪਿੰਡ ਦੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਵਿਚਰਦਾ ਤਾਂ ਲੋਕ ਉਹਦੇ ਨਾਲ ਆ ਕੇ ਗੱਲ ਆਪਣੀ ਜਿਹੜੀ ਖੁੱਲ੍ਹ ਕੇ ਕਰ ਸਕਦੇ ਨੇ। ਸੋ ਜਿਹੜੇ ਐਡਮਿਨਿਸਟ੍ਰੇਟਰ ਲਗਾਏ ਗਏ ਨੇ ਇੱਕ ਤਾਂ ਉਹਨਾਂ ਦੇ ਕੋਲ ਬਲੌਕ ਦੇ ਵਿੱਚ ਜਾਣਾ ਪਤਾ ਨਹੀਂ ਉਹ ਮਿਲਣਗੇ ਨਹੀਂ ਮਿਲਣਗੇ ਤਾਂ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੈ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਹੈ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਪੰਚਾਇਤਾਂ ਦੀ ਜਿਹੜੀ ਇਹ ਪੀੜਾ ਆ ਕਿ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਦੇਣਾ ਇਹ ਸ਼ਾਇਦ ਸਾਡੀ ਸੂਬੇ ਦੀ ਸਰਕਾਰ ਉਦੋਂ ਸਮਝ ਸਕਦੀ ਹੈ ਜਦੋਂ ਇਹਨਾਂ ਨੂੰ 6 ਮਹੀਨੇ ਤੋਂ ਪਹਿਲਾਂ ਇਹਨਾਂ ਦੇ ਕਾਰਜਕਾਲ ਤੋਂ ਇਹਨਾਂ ਨੂੰ ਭੰਗ ਕਰ ਦਿੱਤਾ ਜਾਵੇ ਤਾਂ ਇਹ ਉਹ ਚੀਜ਼ ਸਮਝ ਸਕਣਗੇ ਜਦੋਂ ਖੁਦ ਤੇ ਇੰਪਲੀਮੈਂਟ ਕਰਨਗੇ ਕਿਉਂਕਿ ਵੀ ਆਰ ਲੋਕਲ ਗਵਰਨਮੈਂਟ ਅਕੋਰਡਿੰਗ ਟੂ ਪੰਜਾਬ ਪੰਚਾਇਤੀ ਰਾਜ ਐਕਟ ਅਕੋਰਡਿੰਗ ਟੂ ਡੈਮੋਕ੍ਰੇਸੀ ਵੀ ਆਰ ਲੋਕਲ ਗਵਰਨਮੈਂਟ ਵੀ ਆਰ ਸੈਲਫ ਗਵਰਨਮੈਂਟ ਤਾਂ ਸਰਪੰਚਾਂ ਨੂੰ ਪੰਚਾਇਤਾਂ ਨੂੰ ਜਿਹੜੇ 11 ਸ਼ਡਿਊਲ ਦੇ 29 ਸਬਜੈਕਟਸ ਆ ਜਿਨ੍ਹਾਂ ਦੀ ਸਾਨੂੰ ਪਾਵਰ ਮਿਲਣੀ ਚਾਹੀਦੀ ਹੈ ਤਾਂ ਕਿ ਆਪਾਂ ਪੰਚਾਇਤ ਇੰਪਾਵਰਮੈਂਟ ਦੀ ਗੱਲ ਕਰ ਸਕੀਏ ਤਾਂ ਕਿ ਆਪਾਂ ਕੇਰਲਾ ਦਾ ਰੋਲ ਮਾਡਲ ਪੰਚਾਇਤੀ ਰਾਜ ਸਿਸਟਮ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਸਕੀਏ। ਸੋ ਉਹ ਸਾਨੂੰ ਜਿਹੜੇ ਅਧਿਕਾਰ ਆ ਉਹ ਦੇਣ ਦੀ ਬਜਾਏ ਜਿਹੜਾ ਸਾਡੇ 6 ਮਹੀਨੇ ਜੇ ਅਧਿਕਾਰ ਰਹਿੰਦੇ ਆ ਜਿਹਦੇ ਵਿੱਚ ਅਸੀਂ ਆਪਣਾ ਕਾਰਜਕਾਲ ਪੂਰਾ ਕਰਨਾ ਤਾਂ ਉਹਨੂੰ ਵੀ ਸਾਡੇ ਤੋਂ ਖੋਹ ਲਿਆ ਗਿਆ। ਤਾਂ ਮੈਂ ਸਮਝਦਾ ਕਿ ਇਹ ਇੱਕ ਬੜਾ ਤਾਨਾਸ਼ਾਹੀ ਫਰਮਾਨ ਜਿਹੜਾ ਉਹ ਜਾਰੀ ਕੀਤਾ ਗਿਆ ਇਹਦੇ ਪਿੱਛੇ ਦੇਖੋ ਸਰਕਾਰ ਦੀ ਕੀ ਪਾਲਿਸੀ ਹੈ ਇਹਨੂੰ ਆਪਾਂ ਅਜੇ ਨਹੀਂ ਸਮਝ ਸਕਦੇ। ਸਰਕਾਰ ਲੋਕਾਂ ਨੂੰ ਇੱਕ ਉਮੀਦਾਂ ਦੀ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਸਾਡੀਆਂ ਵੀ ਬਹੁਤ ਉਮੀਦਾਂ ਸੀ ਲੇਕਿਨ ਸ਼ਾਇਦ ਸਰਕਾਰ ਦੀ ਸੋਚਣੀ ਇਹ ਹੋ ਸਕਦੀ ਹੈ ਕਿ ਜਿਹੜੇ ਸਰਪੰਚ ਪੰਚਾਇਤਾਂ ਬਣੀਆਂ ਉਹ ਪਿਛਲੀ ਸੱਤਾਧਾਰੀ ਪਾਰਟੀ ਜਿਹੜੀ ਕਾਂਗਰਸ ਆ ਉਹਦੇ ਨਾਲ ਸੰਬੰਧਿਤ ਹੋਣਗੀਆਂ। ਲੇਕਿਨ ਇੱਥੇ ਸਾਡੇ ਬਹੁਤ ਸਾਰੇ ਸਰਪੰਚ ਆ ਤੁਸੀਂ ਮੈਨੂੰ ਲੈ ਸਕਦੇ ਹੋ ਕਿ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨਹੀਂ ਸਾਂ। ਸੋ ਅਸੀਂ ਜਿਹੜੇ ਲੋਕ ਇਹਦੇ ਵਿੱਚ ਸਾਡਾ ਉਹਨਾਂ 'ਚ ਕਸੂਰ ਨਹੀਂ ਲੇਕਿਨ ਕੁਝ ਸਰਪੰਚਾਂ ਦੀ ਕਹਿ ਸਕਦੇ ਕਿ ਉਹਨਾਂ ਨੇ ਅਗਰ ਪਿੰਡ ਦੇ ਵਿੱਚ ਪਾਰਟੀਬਾਜ਼ੀ ਰੱਖੀ ਹੋਏ ਜਾਂ ਉਸ ਚੀਜ਼ ਨੂੰ ਲੈ ਕੇ ਮੁੱਖ ਰੱਖ ਕੇ ਦੇਖਿਆ ਲੇਕਿਨ ਸਾਨੂੰ ਪੰਜਾਬ ਦੇ ਪੰਚਾਇਤੀ ਰਾਜ ਐਕਟ ਦੀ ਜਿਹੜੀ ਉਹਦੀ ਪਾਲਣਾ ਕਰਨੀ ਚਾਹੀਦੀ ਸੀ। ਸਾਨੂੰ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੀ ਹੈ ਸਰਕਾਰ ਤਾਂ ਲੋਕਤੰਤਰ ਦੀ ਮਜ਼ਬੂਤੀ ਜਿਹੜੀ ਹੈ ਅਸੀਂ ਸਭ ਤੋਂ ਛੋਟੀ ਇਕਾਈ ਹਾਂ ਲੋਕਤੰਤਰ ਦੀ ਜਿਹਦੇ ਕੋਲ ਸਭ ਤੋਂ ਵੱਧ ਪਾਵਰ ਵੀ ਆ ਤਾਂ ਉਹਨੂੰ ਜਿਹੜਾ ਤੁਸੀਂ ਇੱਕ ਰਾਤ ਦੇ ਵਿੱਚ ਜਿਹੜਾ ਡਿਸੀਜ਼ਨ ਦੇ ਦੇਣਾ ਕਿ ਇਹਨਾਂ ਨੂੰ ਅਸੀਂ ਭੰਗ ਕਰਕੇ ਐਡਮਿਨਿਸਟ੍ਰੇਟਰ ਲਗਾ ਰਹੇ ਹਾਂ ਦੇਖੋ ਨਾ ਤਾਂ ਕੋਈ ਪੰਜਾਬ ਤੇ ਬਿਪਤਾ ਦੀ ਘੜੀ ਅਜਿਹੀ ਆਈ ਸੀ ਕਿ ਐਡਮਿਨਿਸਟ੍ਰੇਟਰ ਲਗਾਉਣ ਦੀ ਜ਼ਰੂਰਤ ਪਈ ਨਾ ਕੋਈ ਇਹੋ ਜਿਹੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਲੇਕਿਨ ਸਰਪੰਚਾਂ ਦੇ ਕੋਲੋਂ ਪੰਚਾਇਤ ਮੈਂਬਰਾਂ ਦੇ ਕੋਲੋਂ ਅਧਿਕਾਰ ਖੋਹ ਕੇ ਐਡਮਿਨਿਸਟ੍ਰੇਟਰ ਨੂੰ ਲਾਉਣਾ ਤੇ ਉਹਨਾਂ ਦੇ ਉਸੇ ਦੇਣੀ ਜਿਹੜੇ ਸਾਰੇ ਖਾਤੇ ਆ ਉਹਨਾਂ ਨੂੰ ਸੀਲ ਕਰ ਦੇਣਾ ਇਹ ਕਿਸੇ ਹੋਰ ਦਿਸ਼ਾ ਵੱਲ ਵੀ ਸੰਕੇਤ ਕਰਦਾ ਜਿਹਦੇ ਤੋਂ ਸਾਰਿਆਂ ਨੂੰ ਸੁਚੇਤ ਹੋਣਾ। ਇੱਕ ਸਵਾਲ ਮੈਂ ਹੋਰ ਲੈਣਾ ਚਾਹਾਂਗਾ ਦੇਖੋ ਪੰਚਾਇਤ ਭੰਗ ਕਰ ਦਿੱਤੀ ਗਈ ਕਈ ਵਾਰੀ ਪੰਚਾਇਤ ਦੇ ਨਾਲ ਕਮੇਟੀਆਂ ਵੀ ਹੁੰਦੀਆਂ ਜਿਹੜੀਆਂ ਆਪਣੇ ਤੌਰ 'ਤੇ ਜ਼ਿਆਦਾਨਾ ਤੌਰ 'ਤੇ ਗ੍ਰਾਮ ਪੰਚਾਇਤਾਂ ਚੁਣ ਕੇ ਉਹਨਾਂ ਨੂੰ ਪਾਵਰਸ ਦਿੰਦੀਆਂ ਕੰਮ ਕਰਦੀਆਂ ਕੀ ਲੱਗਦਾ ਫਿਰ ਉਹ ਕਮੇਟੀਆਂ ਵੀ ਭੰਗ ਹੋ ਗਈਆਂ ਜਾਂ ਕਮੇਟੀਆਂ ਕੰਮ ਕਰਦੀਆਂ ਰਹਿਣਗੀਆਂ? ਦੇਖੋ ਜੀ ਜਿਹੜਾ ਸਟੈਂਡਿੰਗ ਕਮੇਟੀਜ਼ ਦਾ ਪੰਚਾਇਤ ਦੇ ਮੈਂਬਰਾਂ ਵੱਲੋਂ ਚੁਣੀਆਂ ਜਾਂਦੀਆਂ ਪਰ ਇਹਦੇ ਨਾਲ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਅਜਿਹੀਆਂ ਕਮੇਟੀਆਂ ਜਿਨ੍ਹਾਂ ਨੂੰ ਅਸੀਂ ਫੰਕਸ਼ਨਲ ਕਮੇਟੀ ਕਹਿੰਦੇ ਹਾਂ ਜਿਨ੍ਹਾਂ ਦੇ ਵਿੱਚ ਸਾਡੀਆਂ ਮੁੱਖ ਕਮੇਟੀ ਆਉਂਦੀ ਹੈ ਜਿਵੇਂ ਗ੍ਰਾਮ ਪੰਚਾਇਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਮੇਟੀ। ਸੋ ਜਿਹੜੀ ਵੀ ਪਿੰਡ ਉਹ ਵਿਕਾਸ ਦੇ ਵਿੱਚ
ਪਾਣੀ ਨਾਲ ਸੰਬੰਧਿਤ ਸੈਨੀਟੇਸ਼ਨ ਨਾਲ ਸੰਬੰਧਿਤ ਜਿਹੜਾ ਸਾਡਾ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਆ ਜਿਹੜੀਆਂ ਉਹ ਸਾਨੂੰ ਗਰਾਂਟਾਂ ਦਿੰਦਾ ਵਰਤਣ ਲਈ ਉਹਨੂੰ ਉਹ ਸਾਡੀ ਜਿਹੜੀ ਕਮੇਟੀ ਆ ਉਹ ਯੂਟੀਲਾਈਜ਼ ਕਰਦੀ ਆ ਸੋ ਇੱਥੇ ਜਿਹੜੀਆਂ ਪੇਮੈਂਟਾਂ ਕਮੇਟੀਆਂ ਵਾਲੀਆਂ ਨਿਕਾਲ ਕੱਢਣੀਆਂ ਨੇ ਉਹ ਵੀ ਮੁਸ਼ਕਲ ਹੋਈਆਂ ਪਈਆਂ ਮੈਂ ਜਿਵੇਂ ਤੁਹਾਨੂੰ ਆਪਣੀ ਉਦਾਹਰਣ ਦਿੰਦਾ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਵਾਟਰ ਸਪਲਾਈ ਦੀ ਟੈਂਕੀ ਬਣੀ ਹੋਈ ਆ ਉਹਦੀ ਸਾਡੇ ਕੋਲ ਪੇਮੈਂਟ ਪਈ ਹੋਈ ਆ ਲੇਕਿਨ ਉਹਨੂੰ ਅਸੀਂ ਵਿਦਡਰਾਅ ਨਹੀਂ ਕਰਾ ਰਹੇ ਡਿਪਾਰਟਮੈਂਟ ਦੀ ਜਿਹੜੀ ਅੰਦਰੋਂ ਸਾਨੂੰ ਰਿਪੋਰਟ ਮਿਲੀ ਆ ਉਹਦੇ ਵਿੱਚ ਇਹ ਆ ਕਿ ਉੱਥੇ ਵੀ ਚੇਅਰਮੈਨਾਂ ਨੂੰ ਸਸਪੈਂਡ ਕਰਕੇ ਉਹਨਾਂ ਨੂੰ ਭੰਗ ਕਰਕੇ ਤਾਂ ਐਕਸੀਐਨ ਜਾਂ ਐਸਡੀਓ ਦੇ ਲੈਵਲ ਦੇ ਜਿਹੜੇ ਲੋਕ ਉਹਨਾਂ ਨੂੰ ਚੇਅਰਮੈਨ ਬਣਾ ਕੇ ਠੇਕੇਦਾਰਾਂ ਦੀ ਪੇਮੈਂਟ ਜਿਹੜੀ ਆ ਉਹ ਕਲੀਅਰ ਕੀਤੀ ਜਾਏ। ਜਲੰਧਰ ਜ਼ਿਲ੍ਹੇ ਦੇ ਵਿੱਚ ਸੁਣਨ ਨੂੰ ਵੀ ਮਿਲਿਆ ਆ ਕਿ ਉੱਥੇ ਚੇਅਰਮੈਨ ਨੂੰ ਉਹਨਾਂ ਨੇ ਲਾ ਕੇ ਆਪਣੇ ਲੈਵਲ ਦੇ ਉੱਪਰ ਜਿਹੜੀਆਂ ਪੇਮੈਂਟਾਂ ਨੇ ਉਹ ਉਹਨਾਂ ਨੇ ਕਰ ਦਿੱਤੀਆਂ, ਲੇਕਿਨ ਜਿਹੜੀਆਂ ਫੰਕਸ਼ਨਲ ਕਮੇਟੀਜ਼ ਆ ਚਾਹੇ ਉਹ ਵਿਲੇਜ ਹੈਲਥ ਐਂਡ ਸੈਨੀਟੇਸ਼ਨ ਆ ਚਾਹੇ ਉਹ ਗ੍ਰਾਮ ਪੰਚਾਇਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਆ, ਉਹ ਗ੍ਰਾਮ ਸਭਾ ਦੇ ਵਿੱਚੋਂ ਚੁਣੀ ਜਾਂਦੀ ਆ, ਉਹਨੂੰ ਗ੍ਰਾਮ ਸਭਾ ਜਿਹੜੀ ਉਹ ਚੁਣਦੀ ਆ ਤੇ ਫਿਰ ਉਹਦਾ ਜਿਹੜਾ ਜਿਹੜੀ ਇਲੈਕਟਡ ਬਾਡੀ ਜਿਹੜੀ ਚੁਣੀ ਜਾਂਦੀ ਹੈ ਕਿ ਕਮੇਟੀਆਂ ਚੁਣਦੀ ਹੈਗੀ ਹੈ। ਇੱਕ ਸਵਾਲ ਹੋਰ ਜਿਹੜਾ ਸੰਖੇਪ ਦੇ ਵਿੱਚ ਮੈਂ ਲੈਣਾ ਚਾਹਾਂਗਾ, ਤੁਸੀਂ ਗੱਲ ਕੀਤੀ ਹੈ ਵਾਟਰ ਸੈਨੀਟੇਸ਼ਨ ਦੀ, ਹੁਣ ਇਸ ਵੇਲੇ ਹੜ੍ਹਾਂ ਦੀ ਸਥਿਤੀ ਹੈ, ਦੇਖੋ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਖਰਾਬ ਹੋ ਰਿਹਾ, ਵੈਸੇ ਹੀ ਪਾਣੀ ਪੀਣ ਦੀ ਬਹੁਤ ਵੱਡੀ ਸਮੱਸਿਆ, ਮੁਸ਼ਕਲ ਉਹਨਾਂ ਹਜ਼ਾਰਾਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਜਿੱਥੇ ਫਲੱਡ ਦੀ ਉਹ ਹੜ੍ਹ ਦੀ ਮਾਰ ਚੱਲ ਰਹੀ ਹੈ, ਅਤੇ ਕਮ ਸੇ ਕਮ ਜਿਹੜੀ ਹੈਗੀ ਵਾਟਰ ਸਪਲਾਈ ਜਿਹੜਾ ਸਿਸਟਮ ਉਹਦੇ ਨਾਲ ਜਿਹੜੇ ਫੰਡਸ ਜੁੜੇ ਹੋਏ ਹੈ, ਕੋਈ ਚਾਹੇ ਉੱਥੋਂ ਦੀ ਟੈਂਕੀ ਦੀ ਗੱਲ ਹੈ, ਚਾਹੇ ਨਾਲੀਆਂ ਦੀ ਗੱਲ ਹੈ, ਚਾਹੇ ਜਿਹੜਾ ਪਾਈਪਾਂ ਦੀ ਗੱਲ ਹੈ, ਉਹਨਾਂ ਦੇ ਫੰਡ ਵੀ ਰੋਕ ਲਏਗੇ ਤਾਂ ਫਿਰ ਲੋਕਾਂ ਨੂੰ ਸਾਫ਼ ਸੁਥਰੇ ਪਾਣੀ ਪੀਣ ਦੀ ਵੀ ਇੱਕ ਤਰ੍ਹਾਂ ਦੀ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪਏਗਾ, ਜਿੱਥੇ ਕਿਤੇ ਮੁਸ਼ਕਲ ਆਏਗੀ, ਫੰਡ ਤਾਂ ਫਿਰ ਇਸਤੇਮਾਲ ਹੋ ਹੀ ਨਹੀਂ ਸਕਦੇ। ਬਿਲਕੁਲ ਸਿੱਧੂ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਤੱਕ ਇਹ ਉਹ ਵਾਲੇ ਫੰਡਸ ਨੂੰ ਕਲੀਅਰ ਨਹੀਂ ਕਰਨਗੇ ਤਾਂ ਲੋਕਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ, ਕਿਉਂਕਿ ਅਗਰ ਕਮੇਟੀ ਇਹ ਭੰਗ ਕਰ ਦਿੰਦੇ ਆ ਤਾਂ ਉਹਦੇ ਨਾਲ ਸਾਡੇ ਜਿਹੜੇ ਸਾਫ਼ ਪੀਣ ਵਾਲੇ ਪਾਣੀ ਦੀ ਸੈਨੀਟੇਸ਼ਨ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਵੀ ਖੜੀਆਂ ਹੋ ਸਕਦੀਆਂ ਨੇ। ਲੇਕਿਨ ਜਿਵੇਂ ਹੜ੍ਹਾਂ ਦੀ ਗੱਲ ਕਰ ਰਹੇ ਹੋ ਤਾਂ ਜੇਕਰ ਪੰਚਾਇਤਾਂ ਆਪਣੇ ਵਰਕਿੰਗ ਦੇ ਵਿੱਚ ਹੁੰਦੀਆਂ ਤਾਂ ਜਿਹੜਾ ਸਾਡੀ GPDP ਦੇ ਵਿੱਚ ਅਸੀਂ ਡਿਜ਼ਾਸਟਰ ਮੈਨੇਜਮੈਂਟ ਲਈ ਫੰਡ ਇੱਕ ਰਾਖਵਾਂ ਫੰਡ ਰੱਖਿਆ, ਜਿਵੇਂ ਕੋਰੋਨਾ ਕਾਲ ਦੇ ਵਿੱਚ ਇੱਕ ਰਾਖਵਾਂ ਫੰਡ ਜਿਹੜਾ ਸੀ ਉਹ ਆਪਾਂ ਯੂਟੀਲਾਈਜ਼ ਕਰ ਸਕਦੇ ਸੀ, ਤੇ ਹੜ੍ਹਾਂ ਦੇ ਵਿੱਚ ਵੀ ਪੰਚਾਇਤਾਂ ਆਪਣਾ ਇੱਕ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਇੱਕ ਬਹੁਤ ਸੋਹਣਾ ਕੰਮ ਕਰ ਸਕਦੀਆਂ ਸੀ, ਉੱਭਰ ਕੇ ਆ ਸਕਦੀਆਂ ਸੀ। ਪੰਚਾਇਤੀ ਰਾਜ ਨੂੰ ਆਪਾਂ ਇੱਕ ਇੰਪਾਵਰ ਕਰਕੇ ਲੋਕਾਂ ਦੇ ਲਈ ਆਪਾਂ ਇੱਕ ਰੋਲ ਮਾਡਲ ਪੰਜਾਬ ਦੀ ਪੰਚਾਇਤੀ ਰਾਜ ਨੂੰ ਬਣਾ ਸਕਦੇ ਸੀ, ਪਰ ਇਹ ਸਿਰਫ ਇੱਕ ਸਿਆਸੀਕਰਨ ਕਰਨ ਦੇ ਕਾਰਨ ਹੀ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕੀਤਾ ਗਿਆ। ਥੈਂਕ ਯੂ ਪੰਦੇ, ਥੈਂਕ ਯੂ ਵੈਰੀ ਮੱਚ, ਫਿਰ ਆਵਾਂਗਾ ਮੈਂ ਇਸੇ ਮੁੱਦੇ 'ਤੇ ਸਵਾਲ ਲੈ ਕੇ ਤੁਹਾਡੇ ਵੱਲ। ਜਿਹੜਾ ਬਰਾਗੀ ਸਾਹਿਬ, ਡਾਕਟਰ ਬਰਾਗੀ ਜੀ, ਇਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਦੇਖੋ ਸਰਪੰਚ ਸਾਹਿਬਾਨ ਨੂੰ ਵੀ ਸੁਣਿਆ, ਜਰਨਲਿਸਟ ਦਾ ਉਸੇ ਖੇਤਰ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਆ, ਉਹਨਾਂ ਦੇ ਤੁਸੀਂ ਵਿਚਾਰ ਵੀ ਸੁਣੇ ਆ। ਸਥਿਤੀ ਇਹ ਬਣੀ ਆ ਕਿ ਪੰਚਾਇਤਾਂ ਭੰਗ, ਪੰਜਾਬ ਦੇ ਜਿਹੜੇ ਹਜ਼ਾਰਾਂ ਹਜ਼ਾਰਾਂ ਜਿਹੜੇ ਹੈਗੇ ਪਿੰਡ ਹੈ, ਲੋਕ ਹੈ, ਹੜ੍ਹਾਂ ਦੇ ਨਾਲ ਘਿਰੇ ਹੋਏ ਹੈ, ਅਤੇ ਉਹਨਾਂ ਦੀ ਲੀਡਰਸ਼ਿਪ ਨੇ ਹੱਥੀ ਕਰ ਦਿੱਤੀ ਗਈ ਹੈ, ਅਜਿਹੇ ਫੈਸਲੇ ਨੂੰ ਕਿਵੇਂ ਦੇਖਦੇ ਹੋ? ਅਤੇ ਸਭ ਮੈਂ ਮਹਿਸੂਸ ਕਰਦਾ ਵੀ ਪੰਜਾਬ ਦੇ ਨਾਲ ਇੱਕ ਵਾਰੀ ਫਿਰ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਜਾਂ ਰਾਜਨੀਤਿਕ ਸਾਜ਼ਿਸ਼ ਦਾ ਸ਼ਿਕਾਰ ਹੋਇਆ, ਕਿਉਂਕਿ ਇਹ ਸਰਪੰਚ ਜਾਂ ਮੈਂਬਰ ਉਹ ਰੋਸ਼ਨ ਦਿਮਾਗ ਸੀਗੇ ਜਿਨ੍ਹਾਂ ਨੇ ਗਰਾਊਂਡ ਲੈਵਲ ਦੀ ਰਿਪੋਰਟ ਨੂੰ ਆਲਾ ਅਧਿਕਾਰੀਆਂ ਤੱਕ ਹੀ ਨਹੀਂ ਸੀ ਪਹੁੰਚਾਉਣਾ, ਸਗਾਂ ਦੀ ਔਨ ਏਅਰ ਕਰਨਾ ਸੀਗਾ, ਦੂਰ ਤੱਕ ਜਾਣਾ ਸੀ। ਉਹ ਰਿਪੋਰਟ ਮੁਤੱਲਕ ਕਾਹਦੇ ਸੀਗੀ? ਉਹ ਕਿਸਾਨਾਂ ਦੀ ਬਰਬਾਦੀ ਦੀ ਰਿਪੋਰਟ ਸੀ, ਉਹ ਪਸ਼ੂ ਧਨ ਦੀ ਬਰਬਾਦੀ ਦੀ ਰਿਪੋਰਟ ਸੀ, ਉਹ ਉੱਜੜ ਚੁੱਕੇ ਘਰਾਂ ਦੀ ਰਿਪੋਰਟ ਸੀ, ਉਹ ਉਜਾੜੇ ਦੀ ਰਿਪੋਰਟ ਸੀ ਜਿਹੜੀ ਸਰਪੰਚਾਂ ਦੇ ਰਾਹੀਂ ਆਲਾ ਅਧਿਕਾਰੀਆਂ ਤੱਕ ਜਾਣੀ ਸੀਗੀ। ਹੁਣ ਇੱਥੇ ਸਮਝਣ ਵਿੱਚ ਬੜੀ ਇੱਕ ਜ਼ੋਰ ਲੱਗ ਰਿਹਾ ਅਤੇ ਪ੍ਰੋਬਲਮ ਆ ਰਹੀ ਆ ਵੀ ਕੀ ਉਹ ਪੰਜਾਬ ਦੀ ਅਤੇ ਕੇਂਦਰ ਦੀ ਸਰਕਾਰ ਨੇ ਰਲ ਕੇ ਉਸ ਰਿਪੋਰਟਾਂ ਨੂੰ ਦਬਾਇਆ? ਬਹੁਤ ਵੱਡਾ ਸਵਾਲ ਹੈ ਬਰਾਗੀ ਸਾਹਿਬ ਜੋ ਤੁਸੀਂ ਗੱਲ ਕਰ ਰਹੇ ਹੋ। ਬਿਲਕੁਲ ਵੱਡਾ ਸਵਾਲ ਜਗਤਾਰ ਸਿੰਘ ਸਿੱਧੂ ਸਾਹਿਬ ਇਸ ਕਰਕੇ ਆ ਕਿਉਂਕਿ ਜਦੋਂ ਪੰਜਾਬ ਅਤੇ ਹਰਿਆਣਾ ਦੀ ਗੌਰਮੈਂਟ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੁੜ ਕੇ ਆਏ ਰੇਤਾਂ ਨੂੰ ਚੁੱਕਣ 'ਤੇ ਮਨਾਹੀ ਕਰ ਦੇਵੇ ਅਤੇ ਕਲੇਮ ਕਰੇ ਵੀ ਇਹ ਸਟੇਟ ਓਨਡ ਰੇਤਾ ਹੈਗਾ ਵਾ, ਇਹਨੂੰ ਕਿਸਾਨ ਨਹੀਂ ਚੁੱਕ ਸਕਦਾ, ਵੱਡੀ ਗੱਲ ਹੈਗੀ ਆ। ਕਿਉਂਕਿ ਜਦੋਂ ਇੱਥੇ ਅੱਜ ਉਹੋ ਜਿਹੀਆਂ ਫੋਟੋਆਂ ਨਸ਼ਰ ਆਉਣ ਲੱਗ ਗਈਆਂ, ਅੱਜ ਮੈਂ ਬਜ਼ੁਰਗ ਦੀ ਦੇਖਦਾ ਸੀ, ਉਹਦੀ ਬਾਂਹ ਪਿਛਲੇ ਪਾਸੇ ਆ, ਮੂੰਹ ਥੱਲੇ ਆ ਅਤੇ ਹੱਥ ਦੇ ਵਿੱਚ ਚਾਬੀਆਂ ਫੜੀਆਂ ਹੋਈਆਂ, ਉਹਦੀ ਲਾਸ਼ ਕਿਸੇ ਨੇ ਕਲਿੱਪ ਕਰਕੇ ਫੋਟੋ ਪਾਈ ਆ ਵੀ ਉਹ ਤਰਾਸ ਦੀ, ਉਹ ਇਸ ਪੰਜਾਬ ਦੀ ਆ, ਪੰਜਾਬ ਦੇ ਉਜਾੜੇ ਦੀ ਤਰਾਸ ਦੀ ਆ। ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਕਿਵੇਂ ਹੋਇਆ ਉਹਦੇ ਵਿੱਚ ਆਪਾਂ ਨੂੰ ਸਮਝਣ ਲਈ ਮੈਂ ਥੋੜ੍ਹਾ ਜਿਹਾ ਉਸ ਚੀਜ਼ 'ਤੇ ਰੋਸ਼ਨ ਪਾਉਣਾ ਚਾਹੁੰਦਾ ਵਾ ਜੀ। ਹੜ੍ਹਾਂ ਦੀ ਮਾਰ ਜਾਂ ਇੰਨੀ ਬਰਸਾਤ ਪੈਣੀ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇਹ ਪਹਿਲਾਂ ਵੀ ਹੁੰਦੀਆਂ ਆਈਆਂ। ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਦੱਸ ਦੇਣਾ ਚਾਹੁੰਦਾ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤਕਰੀਬਨ 16 ਡੈਮ ਬਣੇ ਹੋਏ ਆ ਜਿਨ੍ਹਾਂ ਦੀ ਹਾਈਟ 1700 ਫੁੱਟ ਤੱਕ ਹੈਗੇ ਆ,
1700 फुट डूंगे ते भाखड़ा जिहड़ा अपना डैम हैगा भाखड़े वाला यह तो एशिया का सब तो बिगेस्ट एक डैम हैगा वा ते रिपोर्टां आउणियां शुरू हो गई सिंह साहब साजिश देखो तुसीं सियासत देखो अज ध्यान किधर है इन्हां रोशन दिमागां दा पंचायतां दे फंड रोक गए पंचायतां दीआं देणदारियां रोक गईआं सरपंचां ने जेबों खर्चते डिवर्ट करता सारा ही सिनेरियो पंजाब दा डिवर्ट करता अज की सोच रहे आ सारे सोचना तो यह चाहिए सी भी हड़ां की विपता आई क्यों पंजाब दे विच तां कंपैरेटिवली घट वर्खा हुई आ पिछले सालां च वर्खा वध हुई सीगी उत्तों पानी आया 16 डैम जिवें मैं पहला किया वो जिहड़े पानी नूं स्टोर करके रखते आ जिथों असी बिजली बनाने तो जो सोके का टाइम होंदा स्पैशली मार्च ते जून विच उदों असी रिलीज़ करते हैं वो पानी नूं भी पंजाब दे विच सिंचाई हो सके त्रासदी देखो पंजाब दी तुसी पंजाब दे नाल हो रही हरकतां दी असलीयत जाणो एक पासे पंजाब बंजर हो रहा वा पंजाब दे विच ड्राई ब्लॉक ब्लैक ब्लॉक तुसी डिकलेयर कर रहे हो पंजाब दा हेठला पानी खत्म हो रहा उत्तों एक्सेस च पानी आ रहा जिहदे नाल पंजाब मर रहा वा कोई प्रॉपर पॉलिसी नहीं कोई प्रॉपर यूटिलाइजेशन है नहीं गी मन्या यह जाता भी मार्च जून जिहड़े ड्राई मंथ हैगे आ पिछले इन्हां दरम्याना जिहड़ा कि पानी छड्डना हुंदा उन्हां डैम दे विच्चों ते ओह सिंह साहब इस बार कंपैरेटिवली अद्धा छड्डिया गया वा 11 लाख क्यूबिक फुट पानी ऐतकी छड्डिया गया वा 10.97 लाख क्यूबिक फुट डॉक्टर बरागी मैं एक लाइन तुहाडे नाल वादा करना चाहुंदा तुसीं अपनी गल जारी रखियो बावजूद इस दे कि मौनसून जां मौसम विभाग वल्लों पहलां आ गया सी कि मौनसून नॉर्मल रहणगियां इस करके पानी इन्हां डैमां च जमा करके रखण दी जरूरत ही कोई नहीं सी बिल्कुल सही गल आ बिल्कुल तुसीं सही फरमाया 11 लाख क्यूबिक पानी छड्डिया गया ड्राई मंथ दे विच मार्च तो जून दे विच हालांकि पिछले समय दौरान 4 साल पिछलियां तुसीं रिपोर्टां कढ लो ये गौरमेंट दे ही आंकड़े बोलदे आ 22 लाख क्यूबिक जिहड़ा पानी आ ਉਹ ਛੱਡਿਆ ਗਿਆ ਵਾ ਪਿਛਲੇ ਜਿਹੜਾ ਡਰਾਈ ਜ਼ੋਨ ਸੀਗੇ ਅੱਜ ਇਹ ਸਾਲ ਨੂੰ ਕੱਢ ਕੇ ਤੂੰ ਪਿਛਲੇ ਡਰਾਈ ਲੋ ਯਾਨੀ ਕਿ ਇਸ ਵਾਰ ਡਰਾਈ ਮੰਥ ਦੇ ਵਿੱਚ ਮਾਰਚ ਤੋਂ ਜੂਨ ਦਰਮਿਆਨ ਅੱਧਾ ਪਾਣੀ ਰਿਲੀਜ਼ ਕੀਤਾ ਗਿਆ ਉਹ ਹੁਣ ਸਮਝੋ ਤੁਸੀਂ ਭਾਖੜਾ ਦੇ ਵਿੱਚ ਸਾਡਾ ਕਲੇਮ ਖਤਮ ਕਰ ਦੇਣਾ ਇੱਕ ਕਿਸਾਨ ਐਜੀਟੇਸ਼ਨ ਵੀ ਹੈ ਜਿਹਨੇ ਸੈਂਟਰ ਦੀਆਂ ਗੋਡਣੀਆਂ ਲਗਾਈਆਂ ਜਾਂ ਉਹਦਾ ਬਦਲਾ ਲੈਣਾ ਕਈ ਗੱਲਾਂ ਇੱਥੇ ਹੈਗਾ ਵਾ ਮੈਂ ਹੈਰਾਨੀ ਦੀ ਗੱਲ ਆ ਵਿੱਚੋਂ ਮੈਂ ਗੱਲ ਇਹ ਵੀ ਕਹਿਣਾ ਚਾਹੁੰਦਾ ਪਹਿਲਾਂ ਜਿਹੜੇ ਬਾਰਡਰਾਂ 'ਤੇ ਵਾਈਫਾਈ ਪਹੁੰਚਾਉਂਦੇ ਸੀਗੇ ਅੱਜ ਜੁਆਇੰਟ ਆਪਰੇਸ਼ਨ ਕਰ ਰਹੇ ਆ ਜਦੋਂ ਕਿਸਾਨ ਆਪਦੀਆਂ ਮੰਗਾਂ ਜਾਂ ਆਪਦੇ ਉਜਾੜੇ ਦੀ ਕੰਪਨਸੇਸ਼ਨ ਮੰਗ ਰਹੇ ਆ ਉਹੀ ਕੰਪਨਸੇਸ਼ਨ ਜਿਹੜੀ ਉਹਨਾਂ ਨੇ ਟੈਕਸ ਦੇ ਰੂਪ ਵਿੱਚ ਸਰਕਾਰਾਂ ਕੋਲ ਜਮ੍ਹਾਂ ਕੀਤੀ ਆ ਗੱਲ ਕੀ ਅੱਧਾ ਪਾਣੀ ਛੱਡਿਆ ਗਿਆ ਡਰਾਈ ਮੰਥ ਦੇ ਵਿੱਚ ਪਹਿਲਾਂ 23 ਲੱਖ ਕਿਊਬਿਕ ਫੁੱਟ ਹੁੰਦਾ ਸੀ ਐਤਕੀ ਸਿਰਫ ਅਤੇ ਸਿਰਫ 11 ਲੱਖ ਕਿਊਬਿਕ ਫੁੱਟ ਛੱਡਿਆ ਗਿਆ ਪਾਣੀ ਰਿਲੀਜ਼ ਵੀ ਡੈਮਾਂ ਤੋਂ ਉਦੋਂ ਹੀ ਕਰਤਾ ਜਦੋਂ ਡੇਂਜਰ ਮਾਰਕ ਤੋਂ 120 ਫੀਟ ਥੱਲੇ ਸੀਗਾ ਫੁੱਟ ਸੀਗਾ ਇਦੋਂ ਬਾਅਦ ਵੀ ਇੱਥੇ ਹੀ ਬਸ ਨਹੀਂ ਹੋਈ ਕਿਉਂਕਿ ਆਵਾਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਪੰਜਾਬ ਨੂੰ ਫਿਰ ਤੁਸੀਂ ਭੰਬੜ ਭੂਸੇ ਦੇ ਵਿੱਚ ਪਾਤਾ ਬਲੌਕ ਕਰ ਦਿੱਤੀ ਗਈ ਇੰਦਰਾ ਗਾਂਧੀ ਕੈਨਲ ਜਿਹੜੀ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀਗੀ ਜਮਨਾ ਲਿੰਕ ਬਲੌਕ ਕਰਤੀ ਬੰਦ ਕਰਤੀ ਵੀ ਪੰਜਾਬ ਡੁੱਬੇ ਪੰਜਾਬ ਮਰੇ ਪੰਜਾਬ ਉੱਜੜੇ 65% ਪਾਣੀ ਤੁਹਾਡਾ ਜਿਹੜਾ ਇੱਧਰ ਰਾਜਸਥਾਨ ਦਿੱਲੀ ਜਾਂ ਹਰਿਆਣੇ ਵਾਲੀ ਨੂੰ ਜਾਂਦਾ ਸੀਗਾ ਉਹ ਸਾਰਾ ਦੇ ਸਾਰਾ ਪੰਜਾਬ ਦੇ ਵਿੱਚ ਹੀ ਰਿਹਾ ਇਹ ਤਾਂ ਗੱਲਾਂ ਛੋਟੀਆਂ ਨੇ ਬਿਲਕੁਲ ਟੁੱਟ ਗਏ ਮੈਨਮੇਡ ਡਿਜ਼ਾਸਟਰ ਆ ਅੱਜ ਵੱਡੀ ਸਾਜ਼ਿਸ਼ ਦਾ ਪੰਜਾਬ ਸ਼ਿਕਾਰ ਹੋਇਆ ਕਿਉਂਕਿ ਉੱਧਰ ਧਿਆਨ ਨਾ ਜਾਵੇ ਸੀ ਸਭ ਮੈਂ ਇੱਥੇ ਗੱਲ ਕਹਿਣੀ ਇਹ ਚਾਹੁੰਦਾ ਇੱਕ ਹੋਰ 2019 'ਚ ਇਦੋਂ ਵੱਧ ਡੇਂਜਰਸ ਸਿਚੁਏਸ਼ਨ ਸੀਗੀ ਉਦੋਂ ਪਾਣੀ ਪ੍ਰੋਪਰ ਰਿਲੀਜ਼ ਹੋ ਗਿਆ ਸੀ ਡਰਾਈ ਮੰਥ ਦੇ ਵਿੱਚ ਤਾਂ ਕਰਕੇ ਜੂਨ ਜੁਲਾਈ ਦੇ ਵਿੱਚ ਇਹੋ ਜਿਹੀ ਵਿਪਤਾ ਦਾ ਸਾਨੂੰ ਪੰਜਾਬੀਆਂ ਨੂੰ ਸਾਹਮਣਾ ਕਰਨਾ ਨਹੀਂ ਪਿਆ ਸੀਗਾ ਮੇਰੇ ਕਹਿਣ ਦਾ ਮਤਲਬ ਪੰਜਾਬ ਫਿਰ ਇੱਕ ਰਾਜਨੀਤਿਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਜਿਹਨੇ ਪੰਜਾਬ ਦੀ ਬੈਕਬੋਨ ਅਗੇਨ ਤੋਂ ਤੋੜੀ ਆ ਪੰਜਾਬ ਦੀ ਐਗਰੀਕਲਚਰ ਡਿਸਟਰੋਏ ਹੋ ਗਈ ਆ ਕਾਫੀ ਹੱਦ ਤੱਕ ਅਤੇ ਅੱਜ ਕੰਪਨਸੇਸ਼ਨ ਮਿਲ ਰਹੀ ਹਿਮਾਚਲ ਦੇ ਵਿੱਚ ਬਹੁਤ ਮਾੜਾ ਹੋਇਆ ਪਰ ਕੰਪੈਰੇਟਿਵਲੀ ਸਾਨੂੰ ਵੀ ਅਸੈਸ ਕਰਕੇ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਜਿੱਥੋਂ ਤੱਕ ਸਰਪੰਚਾਂ ਦਾ ਹੈਗਾ ਚਾਹੀਦਾ ਤਾਂ ਇਹ ਸੀਗਾ ਵੀ ਜਦੋਂ ਕੋਈ ਅਪਾਤਕਾਲੀਨ ਐਮਰਜੈਂਸੀ ਸਿਚੁਏਸ਼ਨ ਸੋਚ ਵੇ ਗੌਰਮੈਂਟ ਉਦੋਂ 6 ਮਹੀਨੇ ਇਨ ਐਡਵਾਂਸ ਔਰ ਇਨ ਲੇਟਰ ਸੋਚਦੀ ਆ ਚਾਹੀਦਾ ਤਾਂ ਇਹ ਸੀਗਾ ਵੀ ਇਹਨਾਂ ਦੇ ਟਨਿਓਰ ਐਕਸਟੈਂਡ ਕਰ ਦਿੱਤੇ 6 ਮਹੀਨੇ ਬਾਅਦ ਤੱਕ ਇਲੈਕਸ਼ਨਾਂ ਹੁੰਦੀਆਂ 6 ਮਹੀਨੇ ਹੋਰ ਦਿੱਤੇ ਜਾਂਦੇ ਕਿਉਂਕਿ ਸਿਚੁਏਸ਼ਨ ਨੋਰਮਲ ਹੋ ਜਾਂਦੀ ਪਰ ਇਹੋ ਜਿਹੇ ਸਮੇਂ ਦੇ ਵਿੱਚ ਇਹੋ ਜਿਹੀ ਸਿਆਸਤ ਖੇਲਣਾ ਜਿੱਥੇ ਪੰਜਾਬ ਦੇ ਇਨਲਾਈਟਡ ਮਾਇੰਡ ਇਹ ਚੀਜ਼
ਚੀਜ਼ਾਂ ਖੋਜਣ ਲੱਗ ਗਏ ਸੀਗੇ ਵੀ ਐਤਕੀ ਹੜ੍ਹਾਂ ਦੇ ਪ੍ਰਕੋਪ ਕਿਉਂ ਆਏ ਆ ਅਤੇ ਇਸ ਪਾਸੇ ਪੰਜਾਬ ਨੂੰ ਭੰਬਲ ਬੱਸੇ ਵਿੱਚ ਪਾਉਣਾ ਸਰਕਾਰਾਂ ਦੀ ਸੋਚੀ ਸਭ ਜੀ ਸਾਜਿਸ਼ ਹੈਗੀ। ਮਿਹਰਬਾਨੀ ਗੁਰਬੀ, ਇੱਕ ਸਵਾਲ ਜੋ ਡਾਕਟਰ ਬਰਾਗੀ ਛੱਡ ਕੇ ਜਾ ਰਿਹਾ ਸੰਖੇਪ ਦੇ, ਮੈਂ ਜ਼ਰੂਰ ਤੁਹਾਡਾ ਜਵਾਬ ਲੈਣਾ ਚਾਹਾਂਗਾ ਕਿਉਂਕਿ ਤੁਸੀਂ ਉਸ ਪੀੜਿਤ ਖੇਤਰ ਨਾਲ ਵੀ ਜੁੜੇ ਹੋ ਜਿਹੜਾ ਫਲੱਡ ਦੇ ਹੜ੍ਹ ਦੀ ਮਾਰ ਦਾ ਸਾਹਮਣਾ ਕਰ ਰਿਹਾ ਅਤੇ ਜ਼ਮੀਨੀ ਹਕੀਕਤ 'ਚ ਇੱਕ ਜਰਨਲਿਸਟ ਨਾਲੋਂ ਵੱਧ ਲੋਕਾਂ ਨਾਲ ਜੁੜਿਆ ਕੌਣ ਹੋ ਸਕਦਾ? ਜੋ ਡਾਕਟਰ ਬਰਾਗੀ ਨੇ ਕਿਹਾ ਕਿਤੇ ਲੋਕਾਂ 'ਚ ਇਹ ਗੱਲ ਹੈ ਕਿ ਕੇਂਦਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੀ ਗੱਲ ਕਰ ਲਈਏ, ਕਿਉਂ ਐਡੀ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਦੋਨਾਂ ਸਰਕਾਰਾਂ ਦੇ ਟਕਰਾਅ ਦੀ ਵਜ੍ਹਾ ਕਰਕੇ ਭੁਗਤ ਭੋਗੀ ਬਣ ਰਹੇ ਆ ਪੰਜਾਬੀ? ਬਿਲਕੁਲ ਜਗਤਾਰ ਜੀ, ਇਹ ਬਿਲਕੁਲ ਜਗਤਾਰ ਜੀ, ਇਹ ਮੈਂ ਰਿਐਲਿਟੀ ਦੇ ਵਿੱਚ ਦੱਸਦਾ ਜਿਹੜੀ ਗੱਲ ਡਾਕਟਰ ਸਾਹਿਬ ਨੇ ਦੱਸੀ ਹੈ ਜੀ। ਇਹ ਲੋਕਾਂ ਦੇ ਵਿੱਚ ਧਾਰਨਾ ਨਹੀਂ, ਲੋਕਾਂ ਦਾ ਵਿਸ਼ਵਾਸ ਹੈ। ਲੋਕ ਕਹਿਣਾ ਸ਼ੁਰੂ ਹੋ ਚੁੱਕੇ ਨੇ ਕਿ ਇਹ ਉਹਨਾਂ ਦਾ ਜਿਹੜਾ ਸਾਲ ਡੇਢ ਸਾਲ ਜਿਹੜਾ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਵਿੱਚ ਕੀਤਾ ਨਾ, ਉਹਦਾ ਭੁਗਤਾਨ ਕਰਨਾ ਪੈ ਰਿਹਾ ਉਹਨਾਂ ਨੂੰ। ਇਹ ਲੋਕਾਂ ਦੀ, ਇਹ ਲੋਕਾਂ ਦੀ ਜ਼ਬਾਨੀ ਹੈ। ਔਰ ਜਦੋਂ ਕੱਲ੍ਹ ਬੀਤੇ ਕੱਲ੍ਹ ਹੀ ਜਦੋਂ ਇੱਕ ਪੰਜਾਬ ਸਰਕਾਰ ਦਾ ਇੱਕ ਫਰਮਾਨ ਆਉਂਦਾ ਕਿ 4 ਦਿਨ ਜਾਂ 3 ਦਿਨ 26 ਤਰੀਕ ਤੱਕ ਸਕੂਲ ਬੰਦ ਰਹਿਣਗੇ, ਤਾਂ ਤੁਸੀਂ ਬਿਲੀਵ ਕਰੋ ਕਿ ਜਿਹੜੇ ਉਹ ਖੇਤਰ ਜਿੱਥੇ ਕਦੀ 88 ਦੇ ਵਿੱਚ ਜਦੋਂ 88 ਦਾ ਹੜ੍ਹ ਨਹੀਂ ਭੁੱਲਿਆ ਜਾਂਦਾ ਪੰਜਾਬ ਨੂੰ, ਉਹ ਖੇਤਰ ਜਿਹੜੇ ਉਦੋਂ ਵੀ ਨਹੀਂ ਸੀ ਪ੍ਰਭਾਵਿਤ ਹੋਏ, ਉਹਨਾਂ ਦੇ ਕਿਸਾਨਾਂ ਵੱਲੋਂ, ਜੇ ਮੈਂ ਇੱਕ ਮਿਸਾਲ ਦੇਵਾਂ ਤਾਂ ਕਾਦੀਆਂ ਰੋਡ ਦੇ ਉੱਤੇ ਵਡਾਲਾ ਗ੍ਰੰਥੀਆਂ ਪਿੰਡ ਆ, ਉੱਥੇ ਅੱਜ ਪ੍ਰੋਟੈਸਟ ਵੀ ਹੋਇਆ ਇਸੇ ਚੀਜ਼ ਨੂੰ ਲੈ ਕੇ। ਉੱਥੋਂ ਦੇ ਕਿਸਾਨ ਇਕੱਠੇ ਹੋ ਕੇ ਉਹ ਕਹਿੰਦੇ 88 'ਚ ਆਪਾਂ ਡੁੱਬੇ ਨਹੀਂ, ਤੇ ਅੱਜ ਇਹੋ ਜਿਹੇ ਕਿਹੜੇ ਹਾਲਾਤ ਬਣਾਉਣ ਜਾ ਰਹੀ ਹੈ ਸਰਕਾਰ ਜਾਂ ਬਣਨ ਜਾ ਰਹੇ ਨੇ ਕਿ ਜਿਹੜੇ ਪੰਜਾਬ ਦੇ ਸਾਰੇ ਸਕੂਲ ਤੁਸੀਂ ਬੰਦ ਕਰ ਰਹੇ ਹੋ। ਮਤਲਬ ਕਿ ਉਹ ਸਾਫ਼ ਤੌਰ 'ਤੇ ਇਹ ਐਲੀਗੇਟ ਕਰ ਰਹੇ ਨੇ ਔਰ ਐਲੀਗੇਸ਼ਨ ਲਗਾ ਰਹੇ ਨੇ ਕਿ ਕੇਂਦਰ ਦੇ ਇਹ ਰਵੱਈਆ ਜਿਹੜਾ ਇਹ ਜੋ ਉਹਨਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਭੁਗਤਣਾ ਪੈ ਰਿਹਾ ਉਹ ਕਿਤੇ ਨਾ ਕਿਤੇ ਸਰਕਾਰਾਂ ਦਾ ਇੱਕ ਪਲਾਨ ਜੀ। ਬਿਲਕੁਲ ਗੋਬੀ, ਜਿਹੜਾ ਵੱਡਾ ਮਾਮਲਾ ਜਿਸ ਮੁੱਦੇ ਦਾ ਤੁਸੀਂ ਸਵਾਲ ਚੁੱਕਿਆ, ਆਪਾਂ ਪੰਦੀਪ ਵੀ ਸਾਡੇ ਨਾਲ ਬਣੇ ਹੋਏ ਆ। ਪੰਦੀਪ ਜੀ, ਤੁਸੀਂ ਇਸ ਮੁੱਦੇ ਦੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਵੇਂ ਸਾਡੇ ਸਤਿਕਾਰਯੋਗ ਬੂਟਾ ਸਿੰਘ ਬਰਾਗੀ ਜੀ ਨੇ ਜਾਂ ਸਾਡੇ ਗੁਰਪ੍ਰੀਤ ਜੀ ਨੇ ਗੱਲ ਕੀਤੀ ਹੈ, ਮੈਂ ਇਹਨਾਂ ਦੀ ਗੱਲ ਨਾਲ ਕੁਝ ਹੱਦ ਤੱਕ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ, ਕਿਉਂਕਿ ਇੱਦਾਂ ਦੇ ਹਾਲਾਤ ਜਿਹੜੇ ਆ ਉਹ ਅਸੀਂ 88 ਦੇ ਵਿੱਚ ਨਹੀਂ ਸੀ ਦੇਖੇ ਜਿਵੇਂ ਦੇ ਹੁਣ ਸਾਡੇ ਜਿਹੜੇ ਆ ਉਹ ਲੋਕਾਂ ਨੂੰ ਫੇਸ ਕਰਨੇ ਪੈ ਰਹੇ ਆ। ਸੋ ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਡੂੰਘੀ ਸਾਜਿਸ਼ ਦਾ ਪੰਜਾਬ ਜਿਹੜਾ ਉਹ ਸ਼ਿਕਾਰ ਹੋ ਰਿਹਾ। ਸੋ ਇਹਨਾਂ ਦੀਆਂ ਗੱਲਾਂ ਦੇ ਨਾਲ ਮੈਂ ਵੀ ਸਹਿਮਤ ਹਾਂ, ਕਿਉਂਕਿ ਕਿਤੇ ਨਾ ਕਿਤੇ ਸਾਡੇ ਕਿਸਾਨੀ ਜਿਹੜਾ ਉਹ ਐਡਾ ਤਗੜਾ ਸਾਡਾ ਮੋਰਚਾ ਲੱਗਾ ਸੀ, ਚਾਹੇ ਉਹਦਾ ਬਦਲਾ ਕਹਿ ਲਓ, ਚਾਹੇ ਤੁਸੀਂ ਪੰਜਾਬ ਨੂੰ ਖਤਮ ਕਰਕੇ ਆਪਣੀ ਉੱਤੇ ਕੋਈ ਨਾ ਕੋਈ ਹੋਰ ਰਾਜਨੀਤਿਕ ਜਿਹੜੀ ਪਹੁੰਚ ਆ ਉਹਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ, ਲੋਕਾਂ ਤੱਕ ਤੁਸੀਂ ਉਹ ਆਪਣੀ ਅਪਰੋਚ ਨੂੰ ਲੈ ਕੇ ਜਾਣਾ ਚਾਹੁੰਦੇ ਹੋ। ਸੋ ਇਹਦੇ ਪਿੱਛੇ ਕੁਛ ਨਾ ਕੁਛ ਸਾਜਿਸ਼ ਦੇ ਸ਼ਿਕਾਰ ਜਿਹੜਾ ਉਹ ਪੰਜਾਬ ਜ਼ਰੂਰ ਹੋ ਰਿਹਾ, ਕਿਉਂਕਿ ਜਿੰਨਾ ਨੁਕਸਾਨ ਪੰਜਾਬ ਦਾ ਹੋ ਰਿਹਾ ਉਹ ਇਹਦੇ ਗੁਆਂਢੀ ਸੂਬਿਆਂ ਦਾ ਜਿਹੜਾ ਉਹ ਨੁਕਸਾਨ ਉਸ ਪੱਧਰ ਤੱਕ ਨਹੀਂ ਹੋ ਰਿਹਾ। ਪੰਦੀਪ, ਬਿਲਕੁਲ, ਜਦੋਂ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ, ਦੇਖੋ ਆਪਾਂ ਪੇਂਡੂ ਖੇਤਰ ਦੇ ਉਸ ਮੁੱਦੇ ਦੀ ਗੱਲ ਕਰ ਰਹੇ ਹਾਂ, ਕਿਧਰੇ ਇਹ ਵੀ ਹੈ ਕਿ ਸਭ ਤੋਂ ਵੱਡੀ ਮਾਰ ਹੀ ਪੇਂਡੂ ਖੇਤਰ ਨੂੰ ਪੈ ਰਹੀ ਹੈ ਔਰ ਪੇਂਡੂ ਖੇਤਰ ਇਸ ਵੇਲੇ ਜਿਹੜਾ ਹੈਗਾ ਲਵਾਰਸ ਜਿਵੇਂ ਹੁੰਦਾ, ਹਜ਼ਾਰਾਂ ਹਜ਼ਾਰਾਂ ਏਕੜ ਫਸਲ ਬਰਬਾਦ ਔਰ ਬਿਮਾਰੀਆਂ ਦਾ ਹੁਣ ਕੋਈ ਹਿਸਾਬ ਹੀ ਨਹੀਂ, ਜਿਸ ਕਦਰ ਬਿਮਾਰੀਆਂ ਫਲੱਡ ਤੋਂ ਬਾਅਦ ਆ ਰਹੀਆਂ। ਇਸ ਤਰ੍ਹਾਂ ਤੁਸੀਂ ਆਪ ਜਿਹੜਾ ਹੈਗਾ ਪਿੰਡਾਂ ਦੇ ਨਾਲ ਜੁੜੇ ਹੋਏ, ਡੇਂਗੂ ਦੀ ਗੱਲ ਕਰ ਲਈਏ, ਹੋਰਾਂ ਬਿਮਾਰੀਆਂ ਦੀ ਗੱਲ ਕਰ ਲਈਏ, ਜਾਣੀ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕੇਂਦਰ ਵੱਲੋਂ ਵੀ ਅਜੇ ਤੱਕ ਜਿਹੜੇ ਪਹਿਲੇ ਫੰਡ ਜਾਰੀ ਕੀਤੇ ਗਏ ਉਸ ਤੋਂ ਬਾਅਦ ਕੋਈ ਨਵੇਂ ਪੈਸੇ ਦਾ ਫੰਡ ਵੀ ਜਾਰੀ ਅਜੇ ਤੱਕ ਨਹੀਂ ਕੀਤਾ ਗਿਆ ਜੀ। ਪੰਦੀਪ ਜੀ, ਸਿੱਧੂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ, ਜਦੋਂ ਹੜ੍ਹਾਂ ਦੇ ਨੁਕਸਾਨ ਦੀ ਗੱਲ ਆਉਂਦੀ ਹੈ ਤਾਂ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਉਹ ਪੇਂਡੂ ਖੇਤਰ ਦਾ ਹੋ ਰਿਹਾ। ਪਰ ਇੱਥੇ ਥੋੜ੍ਹਾ ਜਿਹਾ ਮੈਂ ਸਰਕਾਰਾਂ ਨਾਲ ਵੀ ਰੋਸ ਜ਼ਾਹਰ ਕਰਨਾ ਚਾਹਾਂਗਾ ਕਿ ਜਦੋਂ ਡਿਵੈਲਪਮੈਂਟ ਦੀ ਗੱਲ ਆਉਂਦੀ ਆ ਤਾਂ ਡਿਵੈਲਪਮੈਂਟ ਦੇ ਵਿੱਚ ਸ਼ਹਿਰਾਂ ਨੂੰ ਜਿਹੜਾ ਉਹ ਹਮੇਸ਼ਾ ਹੀ ਮੁਰਲੀ ਕਤਾਰ ਦੇ ਵਿੱਚ ਰੱਖਿਆ ਜਾਂਦਾ ਕਿ ਸ਼ਹਿਰਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਵੱਡੇ ਲੈਵਲ ਤੇ ਕੀਤੀ ਜਾਵੇ, ਤਾਂ ਜਿਹੜੀ ਪੇਂਡੂ ਵਿਕਾਸ ਦੀ ਗੱਲ ਆ ਉਹ ਹਮੇਸ਼ਾ ਹੀ ਇੱਕ ਬੈਕ ਸਟੇਜ ਦੇ ਉੱਤੇ ਜਾਂ ਬੈਕਫੁੱਟ ਤੇ ਰਿਹਾ ਜਾਂਦਾ। ਜਿਵੇਂ ਕੇਂਦਰ ਵੱਲੋਂ ਜਿਹੜਾ ਵਿੱਤ ਕਮਿਸ਼ਨ ਆ, ਸਾਨੂੰ 15ਵਾਂ ਵਿੱਤ ਕਮਿਸ਼ਨ ਆ, ਉਹਦੀ ਗ੍ਰਾਂਟ ਜਿਹੜੀ ਆ ਪੋਪੂਲੇਸ਼ਨ ਆਬਾਦੀ ਦੇ ਹਿਸਾਬ ਨਾਲ ਹਰ ਪੰਚਾਇਤ ਨੂੰ ਦਿੱਤੀ ਜਾਂਦੀ ਆ, ਪਰ ਬੜੇ ਅਫਸੋਸ ਦੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਰਾਜ ਵੱਲੋਂ ਜਿਹੜਾ ਵਾ ਸਟੇਟ ਫਾਈਨਾਂਸ ਕਮਿਸ਼ਨ ਅਜੇ ਤੱਕ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ, ਜਦਕਿ ਹੋਰਨਾਂ ਸੂਬਿਆਂ ਦੇ ਵਿੱਚ ਜਿਹੜਾ ਸੈਂਟਰ ਦਾ ਫਾਈਨਾਂਸ ਕਮਿਸ਼ਨ ਆ ਉਹਦੇ ਨਾਲ ਕੁਝ ਕੰਟਰੀਬਿਊਸ਼ਨ ਜਿਹੜਾ ਉਹ ਸਟੇਟ ਵੱਲੋਂ ਪਾ ਕੇ ਫਿਰ ਪੰਚਾਇਤਾਂ ਨੂੰ ਦਿੱਤਾ ਜਾਂਦਾ ਤਾਂ ਕਿ ਇੱਕ ਵਧੀਆ ਓਵਰਆਲ ਡਿਵੈਲਪਮੈਂਟ ਜਿਹੜੀ ਉਹ ਕੀਤੀ ਜਾ ਸਕੇ। ਪਰ ਸਾਡੇ ਸੂਬੇ ਦੇ ਵਿੱਚ ਅਜੇ ਤੱਕ ਉਹ ਵਿੱਤ ਕਮਿਸ਼ਨ ਹੀ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ, ਕਿਉਂਕਿ ਜਦੋਂ ਤੱਕ ਫਾਈਨੈਂਸ਼ੀਅਲ ਪਾਵਰ ਜਿਹੜੀ ਆ, ਫਾਈਨੈਂਸ਼ੀਅਲ ਜਿਹੜੇ ਰਿਸੋਰਸਿਸ ਆ, ਉਹ ਜਦੋਂ ਤੱਕ ਸਰਕਾਰ ਸਾਨੂੰ ਮੁਹੱਈਆ ਨਹੀਂ ਕਰਵਾਉਂਦੀ, ਉਦੋਂ ਤੱਕ ਆਪਾਂ ਇੱਕ ਚੰਗੀ
तरक्की दे वाले जड़ा कदी भी नहीं वध सकते। पिंडां दे विच बहुत सारा नुकसान हो रहा, जे मेरा एरिया जड़ा वो कुछ हद तक बचिया होया, लेकिन जिवें इन्हां ने स्कूलां दे विच छुट्टियां कीतियां तो संकेत मिल रहा कि आने वाले समय दे विच इह सारे एरिए नूं जड़ा वा उहदी मार पैण वाली आ। सो वाहिगुरू अगे अरदास ही की जा सकती है कि इहदे विच सानूं बचाया जाए ते जिहड़ियां इन्हां दे गलत मनसूबे ने उहनां दी जिहड़ी सोच आ उह बदली जाए ते पंजाब नूं एक जिहड़ा साडे ह्यूमन राइट्स आ उहनां नूं मुख रखदे होए इहनां नूं जिहड़े काम आ उह कीते जाणे चाहीदे आ, ना कि इह कोई पंजाब नूं एक टारगेट किया जाना चाहिए जां किसे एक पर्टिकुलर कम्यूनिटी नूं टारगेट किया जाना, क्योंकि सरकार सारिआं दी सांझी है ते जिद्दां दी सरकार ने तानाशाही फरमान साडीआं पंचायतां नूं भंग करके दिखाया तां उहदे नाल पेंडू लैवल दे उत्ते बहुत वड्डी एक निराशा जिहड़ी आ उह सरकार दे प्रति पैदा होई आ। कुछ बहुत घट्ट गिणती लोग जिहड़े ने उह बहुत घट्ट गिणती ने जिहड़े खुश ने इस चीज़ां नूं लै के कि असीं हुण एडमिनिस्ट्रेटर लगा के अपने लैवल ते काम किया जाऊगा, लेकिन कदी भी उह डिवेलपमेंट नहीं हो सकती पिंड दे विच जो एक सरपंच वल्लों करवाई जा सकती है, क्योंकि जदों अफसरशाही दा बोलबाला ਪਿੰਡਾਂ ਦੇ ਵਿੱਚ ਹੋ ਜਾਂਦਾ ਤਾਂ ਉੱਥੇ ਡਿਵੈਲਪਮੈਂਟ ਨਹੀਂ, ਉੱਥੇ ਕੁਛ ਹੋਰ ਹੀ ਬਾਹਰ ਨਿਕਲ ਕੇ ਉਹਦੇ ਰਿਜ਼ਲਟ ਆ ਉਹ ਆਉਂਦੇ ਆ, ਤੁਸੀਂ ਭਲੀ ਭਾਂਤ ਜਾਣਦੇ ਹੋ। ਸੋ ਇੱਕ ਡਿਵੈਲਪਮੈਂਟ ਜਿਹੜੀ ਸਰਪੰਚ ਲੋਕਾਂ ਦੇ ਵਿੱਚ ਰਹਿ ਕੇ, ਕਿਉਂਕਿ ਉਹਨੇ ਲੋਕਾਂ ਨੂੰ ਜਵਾਬ ਦੇਣਾ, ਉਹਨੇ 24 ਘੰਟੇ ਲੋਕਾਂ ਦੇ ਸਾਹਮਣੇ ਰਹਿਣਾ, ਸੋ ਜੋ ਉਹਨੂੰ ਲੋਕਾਂ ਦੀਆਂ ਫੇਸ ਕਰਨਾ ਪੈਣਾ ਤੇ ਇੱਕ ਐਡਮਿਨਿਸਟ੍ਰੇਟਰ ਜਿਹੜਾ ਆਊਗਾ ਆਣ ਕੇ ਕੰਮ ਸ਼ੁਰੂ ਕਰਵਾ ਕੇ ਚੱਲ ਜਾਏਗਾ, ਉਹਨੂੰ ਲੋਕਾਂ ਨੇ ਨਹੀਂ ਉਹਨੂੰ ਪੁੱਛਣਾ। ਸੋ ਕੰਮ ਦੀ ਜਿਹੜੀ ਕੁਆਲਿਟੀ ਆ ਉਹ ਤਾਂ ਮਾੜੀ ਹੋਣੀ ਹੀ ਹੋਣੀ ਆ, ਪਰ ਜਿਹੜਾ ਪੰਚਾਇਤਾਂ ਦਾ ਇਹਨਾਂ ਨੇ ਇੱਕ ਕਹਿ ਸਕਦੇ ਆ ਕਿ ਉਹਨਾਂ ਦੇ ਕੋਲ ਲੋਕਤੰਤਰਿਕ ਹੱਕ ਜਿਹੜਾ ਖੋਇਆ ਉਹ ਬਹੁਤ ਜ਼ਿਆਦਾ ਅਫਸੋਸਜਨਕ ਆ, ਜਿਹਦੇ ਨਾਲ ਹਰ ਪਾਸੇ ਹੀ ਇੱਕ ਜਿਵੇਂ ਹੜ੍ਹਾਂ ਦੀ ਸਥਿਤੀ ਆ, ਤਾਂ ਮੈਂ ਸਮਝਦਾ ਕਿ ਪੰਚਾਇਤਾਂ ਨੇ ਵੱਧ ਚੜ੍ਹ ਕੇ ਸਾਥ ਦੇਣਾ ਸੀ, ਜਿਵੇਂ ਕੋਰੋਨਾ ਕਾਲ ਦੇ ਵਿੱਚ ਦਿੱਤਾ ਗਿਆ ਸੀ ਉਹਨਾਂ ਨੇ ਮੂਰਲੀ ਕਤਾਰ ਦੇ ਵਿੱਚ ਹੋ ਕੇ। ਪੰਦੀ ਤੁਸੀਂ ਬਹੁਤ ਵਧੀਆ ਟਿੱਪਣੀ ਕੀਤੀ ਹੈ, ਮੈਂ ਜ਼ਰੂਰ ਸਮੇਂ ਦੀ ਵੀ ਆਪਾਂ ਨੂੰ ਕਦਰ ਕਰਨੀ ਹੁੰਦੀ ਹੈ, ਪਰ ਇੱਕ ਸਵਾਲ ਬਣਦੇ ਕੋਰੋਨਾ ਕਾਲ ਦੇ ਚੱਲਦਿਆਂ ਜੋ ਪੰਚਾਇਤਾਂ ਨੇ ਭੂਮਿਕਾ ਨਿਭਾਈ ਵੱਡੀ ਬਿਪਤਾ ਸੀ ਆਪਾਂ ਸਾਰੇ ਜਾਣਦੇ ਹਾਂ, ਕੀ ਹੁਣ ਉਹ ਜਿਹੜੇ 6 ਮਹੀਨੇ ਜਾਂ ਲੰਬਾ ਸਮਾਂ ਕੋਰੋਨਾ ਕਾਲ ਦੇ ਦੌਰਾਨ ਉਹਨਾਂ ਪੰਚਾਇਤਾਂ ਦਾ ਲੰਘ ਗਿਆ ਅਤੇ ਹੁਣ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ, ਇਹ ਕੋਰੋਨਾ ਕਾਲ ਦੇ ਕੰਮ ਕਰਨ ਦਾ ਫਿਰ ਅਵਾਰਡ ਦਿੱਤਾ ਗਿਆ ਉਹਨਾਂ ਪੰਚਾਇਤਾਂ ਨੂੰ, ਕਿਉਂਕਿ ਉਹ ਤਾਂ ਕੰਮ ਹੀ ਨਹੀਂ ਕਰ ਸਕੇ ਉਸ ਦੌਰਾਨ? ਬਿਲਕੁਲ ਜੀ, ਮੈਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਇਹ ਇੱਕ ਤਰ੍ਹਾਂ ਦਾ ਇਨਾਮ ਦਿੱਤਾ ਗਿਆ, ਕਿਉਂਕਿ ਸਰਪੰਚਾਂ ਨੂੰ ਮਾਣ ਭੱਤਾ ਤੇ ਸਰਕਾਰ ਵੱਲੋਂ ਅਜੇ ਤੱਕ 1 ਰੁਪਈਆ ਨਹੀਂ ਦਿੱਤਾ ਗਿਆ, ਤਾਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਸਮਾਂ ਸੀ ਉਹ ਵੀ ਜਿਹੜਾ ਉਹਨਾਂ ਕੋਲ ਖੋ ਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਰਿਵਾਰਡ ਦਿੱਤਾ ਕਿ ਇਹ ਇੱਕ ਆਮ ਆਦਮੀ ਦੀ ਸਰਕਾਰ ਆਈ ਆ, ਇਹ ਉਹ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਆ, ਲੋਕ ਭਲਾਈ ਦੇ ਕੰਮ ਕਰਦੀ ਆ, ਲੇਕਿਨ ਲੋਕ ਭਲਾਈ ਦੇ ਲੋਕ ਹਿੱਤਾਂ ਨੂੰ ਉਹਨਾਂ ਨੇ ਇਸ ਹੱਦ ਤੱਕ ਨਜ਼ਰ ਅੰਦਾਜ਼ ਕੀਤਾ ਹੈ ਕਿ ਸਾਡਾ ਜਿਹੜਾ ਲੋਕਤੰਤਰ ਦਾ ਥੰਮ ਆ, ਸਾਡੀਆਂ ਗ੍ਰਾਮ ਪੰਚਾਇਤਾਂ ਨੇ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਅਤੇ ਹਰ ਇੱਕ ਸਕੀਮ ਨੂੰ ਉਹਨੇ ਗਰਾਊਂਡ ਲੈਵਲ ਦੇ ਉੱਤੇ ਇੰਪਲੀਮੈਂਟ ਕਰਨਾ ਹੁੰਦਾ, ਉਹਨਾਂ ਨੂੰ ਕੋਈ ਰਿਵਾਰਡ ਦੇਣ ਦੀ ਥਾਂ 'ਤੇ, ਉਹਨਾਂ ਨੂੰ ਕੋਈ ਮਾਣ ਭੱਤਾ ਦੇਣ ਦੀ ਥਾਂ 'ਤੇ, ਉਹਨਾਂ ਦੇ ਮਾਣ ਭੱਤੇ 'ਚ ਵਾਧਾ ਕਰਨ ਦੀ ਜਗ੍ਹਾ 'ਤੇ, ਉਹਨਾਂ ਨੂੰ ਜਿਹੜੇ 29 ਸਬਜੈਕਟਸ ਆ ਉਹਨਾਂ ਦੀ ਪਾਵਰ ਦੇਣ ਦੀ ਬਜਾਏ ਉਹਨਾਂ ਦੇ ਕੋਲੋਂ ਜਿਹੜੇ 6 ਮਹੀਨੇ ਇਹਨਾਂ ਦਾ ਬਕਾਇਆ ਸਮਾਂ ਸੀ ਉਹ ਵੀ ਜਿਹੜਾ ਖੋ ਲਿਆ ਗਿਆ, ਲੇਕਿਨ ਹੋਣਾ ਤਾਂ ਇਹ ਚਾਹੀਦਾ ਸੀ ਜਿਵੇਂ ਹੁਣੇ ਬੈਰਾਗੀ ਜੀ ਨੇ ਗੱਲ ਕੀਤੀ ਆ, ਮੱਧ ਪ੍ਰਦੇਸ਼ ਦੇ ਤਰਜ਼ ਦੇ ਉੱਤੇ, ਹਰਿਆਣਾ ਸਰਕਾਰ ਦੇ ਤਰਜ਼ ਦੇ ਉੱਤੇ ਪੰਚਾਇਤਾਂ ਨੂੰ ਵੱਧ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਤਾਂ ਕਿ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਅਤੇ ਜਿਹੜੀ ਸਥਿਤੀ ਪੰਜਾਬ ਦੇ ਵਿੱਚ ਆਈ ਆ ਉਹਨੂੰ ਚੰਗੀ ਤਰ੍ਹਾਂ ਨਾਲ ਉਹਦਾ ਜਿਹੜਾ ਨਿਪਟਾਰਾ ਕੀਤਾ ਜਾ ਸਕੇ। ਲੇਕਿਨ ਸਮਾਂ ਪੂਰਾ ਨਾ ਜਿਹੜਾ ਸਾਡਾ ਉਹ ਵੀ ਨਹੀਂ ਕਰਵਾਇਆ ਗਿਆ ਅਤੇ ਉਸ ਤੋਂ ਪਹਿਲਾਂ ਹੀ ਸਾਨੂੰ ਰਾਤੋ ਰਾਤ ਜਿਹੜੇ ਫਰਮਾਨ ਜਾਰੀ ਕੀਤੇ, ਇਹ ਇੱਕ ਬੇਹੱਦ ਨਿਰਾਸ਼ਾਜਨਕ ਆ ਜਿਹਦੀ ਸਾਡੀ ਪੂਰੇ ਪੰਚਾਇਤ ਯੂਨੀਅਨ ਵੱਲੋਂ, ਸਾਡੇ ਸਾਰੇ ਸਰਪੰਚਾਂ ਵੱਲੋਂ ਜਿਹੜੀ ਆ ਉਹਦੀ ਨਿਖੇਧੀ ਕੀਤੀ ਜਾ ਰਹੀ ਹੈ। ਥੈਂਕ ਯੂ ਵੈਰੀ ਮੱਚ, ਆਪਾਂ ਇਸ ਮੁੱਦੇ 'ਤੇ ਸਮੇਂ ਦੇ ਲਿਹਾਜ਼ ਨਾਲ ਫਿਰ ਵੀ ਸਵਾਲ ਲਵਾਂਗਾ। ਮਾਵੀ ਜੀ ਤੋਂ ਆਪਾਂ ਫਾਈਨੈਂਸ਼ੀਅਲ ਪੈਸੇ ਟਕੇ ਦੀ ਗੱਲ ਕਰਦੇ ਹਾਂ, ਪੰਚਾਇਤਾਂ ਦੀ ਪੇਂਡੂ ਵਿਕਾਸ ਦੀ ਉਹਨਾਂ ਨਾਲ ਜੁੜੇ ਕੰਮਾਂ ਦੀ, ਕਿਧਰੇ ਮੇਰੀ ਜਾਣਕਾਰੀ ਮੁਤਾਬਕ ਇਹ ਵੀ ਹੈ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਸਰਕਾਰ ਵੱਲੋਂ ਤਾਂ ਕੋਈ ਪੈਸਾ ਟਕਾ ਆਪਣੇ ਵੱਲੋਂ ਜਾਰੀ ਕੀਤਾ ਹੀ ਨਹੀਂ ਗਿਆ, ਇਹ ਪਿਛਲੀਆਂ ਸਰਕਾਰਾਂ ਦਾ ਪੈਸਾ ਹੀ ਆਇਆ, ਫੰਡਸ ਆਏ ਸੀ, ਫਿਰ ਉਹਨਾਂ 'ਤੇ ਰੋਕ ਲਾਉਣ ਦਾ ਕੀ ਅਧਿਕਾਰ ਬਣਦਾ ਸੀ ਇਹਨਾਂ ਦਾ? ਦੇਖੋ ਸਿੱਧੂ ਸਾਹਿਬ, ਵੈਸੇ ਤਾਂ ਹੋਣਾ ਤਾਂ ਇਹ ਚਾਹੀਦਾ ਸੀਗਾ, ਸੰਵਿਧਾਨ ਦੀ 73ਵੀਂ ਸੋਧ ਦੇ ਮੁਤਾਬਕ, ਐਕਟ 1994 ਦੇ ਮੁਤਾਬਕ ਪੰਚਾਇਤਾਂ ਨੂੰ 29 ਮਹਿਕਮਿਆਂ ਦਾ ਵਿੱਤੀ ਅਤੇ ਪ੍ਰਸ਼ਾਸਕੀ ਪ੍ਰਬੰਧ ਦੇਣਾ ਚਾਹੀਦਾ ਸੀ ਜੀ, ਅਤੇ ਇਹ ਰਾਜੀਵ ਗਾਂਧੀ ਜੀ ਦੀ ਸੋਚ ਸੀਗੀ, ਉਹਨਾਂ ਨੇ ਇਹ ਸੰਵਿਧਾਨ 'ਚ ਸੋਧ ਕੀਤੀ ਸੀ। ਪਰ ਇਹ ਕਾਂਗਰਸ ਦੀ ਜਿਹੜੀ 2007 ਤੱਕ ਸਰਕਾਰ ਆਈ ਆ ਉਹਦੇ 'ਚ 6 ਮਹਿਕਮੇ ਕੈਪਟਨ ਅਮਰਿੰਦਰ ਸਿੰਘ ਨੇ ਪੰਚਾਇਤਾਂ ਨੂੰ ਦਿੱਤੇ ਸੀ, ਉਹ ਵੀ ਲੰਗੜੇ ਰੂਪ ਦੇ ਵਿੱਚ। ਮੈਂ ਲੰਗੜੇ ਰੂਪ ਦੇ ਵਿੱਚ ਇਸ ਕਰਕੇ ਕਹਿ ਰਿਹਾ, ਜਿਵੇਂ ਜ਼ਿਲ੍ਹਾ ਪ੍ਰੀਸ਼ਦਾਂ ਨੇ ਟੀਚਰ ਜਾਂ ਡਾਕਟਰ ਭਰਤੀ ਕੀਤੇ, ਡਾਕਟਰ ਤਾਂ ਉਹ ਭਰਤੀ ਕਰ ਲਏ ਲੇਕਿਨ ਉਹਨਾਂ ਦੀ ਟ੍ਰਾਂਸਫਰ ਕਰਨ ਦਾ ਜਾਂ ਉਹਨਾਂ ਨੂੰ ਸਸਪੈਂਡ ਕਰਨ ਦਾ ਉਹ ਉਹਨਾਂ ਕੋਲ ਅਧਿਕਾਰ ਨਹੀਂ ਸੀ। ਟ੍ਰਾਂਸਫਰ ਜਿਹੜੇ ਉੱਪਰ ਨੇ ਸਾਡੇ ਕੋਈ ਡਾਇਰੈਕਟਰ ਹੈ ਜਾਂ CM ਜਾਂ ਮੰਤਰੀ ਦੀ ਸਿਫਾਰਸ਼ ਨਾਲ ਇਹ ਕੀਤੇ ਜਾਂਦੇ ਸੀ ਜੀ। ਜਿਹੜੀ ਤੁਸੀਂ ਗੱਲ ਕੀਤੀ ਹੈ ਫੰਡਾਂ ਦੀ,
मैं जिथों तक पंजाब दे विच देखिया है कि अजे तक आम आदमी पार्टी की सरकार ने किते 10 सीटा किसी पिंड दे विच नहीं लाईया, ना उहदा वास्ते कोई फंड दिता। ये जिन्ने भी फंड आए सीगे ये सारे कांग्रेस सरकार दे टाइम दे विच, क्योंकि कोई भी सरकारां पिछले समय तो आपां देखते आ रहे हैं पिछले 6 महीने या साल दे विच ही जाके पंचायतों नूं फंड दिंदे आ तां जो डिवेलपमेंट हो सके। वो डिवेलपमेंट बड़ी तेजी नाल कीती भी है पंचायतों ने, पर फंड बचा भी काफ़ी होया सीगा। इन्हां ने पिछले दिनों दे विच पहलां तां चिट्ठियां कढ़ियां कि जिन्ना भी पंचायतों कोल उन्हां दे खातियां दे विच फंड पिया वो सारा वापस लैके सरकार दे खाते दे विच जमा कीता जावे। उदों भी पंचायतों ने बहुत वड्डी आवाज़ उठाई कि साडा कई सरपंच हाई कोर्ट भी पहुँचे, मानयोग अदालत दे विच भी पहुँचे, तो सड़कां ते उतर के भी उन्होंने आवाज़ उठाई। जदों ये गल ना बनी तो फिर इन्होंने एक ऑडिट कराउण दी एक मुहिम चलाई पंजाब दे विच कि प्राइवेट सोशल एक ऑडिट किया जाए। पंचायतों नूं फिर बहुत वड्डी लड़ाई लड़नी पई, जिहड़ा उन्होंने भावें मंत्री साहब ने बंद करन दा वादा दा कीता सी लेकिन अंदर खाते फिर भी वह ऑडिट करते रहे। उही रहा सी कि जिहड़े कांग्रेस नाल या अकाली दल नाल सरपंच संबंधित सीगे उन्हां नूं एक बाम रोड़ के आम आदमी पार्टी दे विच शामिल करन दे लई उन्होंने उन्हां ही पंचायतों का ऑडिट करना शुरू किया। सो जदों फिर भी गल ना बनी तो इन्होंने ये सोचा कि ये जिहड़े पंचायतां या पंच सरपंचां ज़्यादा अकाली दल या फिर कांग्रेस के नाल जुड़े हुए हैं इन्हां नूं क्यों ना भंग करके असी अपने बंदे ला के पिंडां दे विच सरपंच की जगह उन्हां तों डिवेलपमेंट कराइए, क्योंकि आने वाली चोणां दे विच साडे जिला परिषद मैंबर ब्लाक समिति मैंबर सरपंच ज़्यादातर साडे बन तां जो असी पंजाब ते असी कब्जा कर सकीए एक तरह का। सो मैं लगता कि जो डिसीजन ये क्या संकेत च मैं दो लाइना जरूर समा अपने लिए मजबूरी है ये कहा यह जा रहा सरकार वालों के भी जिहड़ियां नवीं पंचायतां चुन के आना इस तरह दी होनी चाहिए भाईचारक सांझ वाली भाईचारक सांझ वालियां पंचायतां आउणगियां कि जां फिर बाम रोड के जिदा तुसीं कहने हो उस तरह दी पंचायतां लैंदियां जाणगियां। सिद्धू साहब मेरा ख्याल है शायद हल्का सनौर है उत्थे दे MLA ने पठान माजरा जी उन्होंने आ थोड़े दिन पहला एक सरपंच ही चुनता कि तू पिंड दा सरपंच है ना नोटिफिकेशन है ना कोई तरीक है हजे तो ना कोई पंचायतों के कोई कागज़ भरे हैं ना किसी तरह का भी अजे कोई स्थिति चली नहीं कोई वार्डबंदी नहीं हुई कोई अजे वोटर लिस्टा नहीं बनिया उन्होंने सरपंच ही चुनता। मेरा ख्याल है जिहड़ी तुसी गल करदे हो कि भाईचारक सांझ दे नाल सरपंच चुने जाणगे ये बिल्कुल गलत है, ये धक्का करनगे जिवें हुण इन्हां ने सरपंच चुनने शुरू करते जो इलैक्शन आ गई तो इन्हां ने धक्के नाल अनाउंस करने हैं जी सरपंच जिहड़ा कदे पंजाब दे विच अज तक होया नहीं सी ओह हुण जा रहा। मेहरबानी डॉक्टर बराग जी, इस मामले ते जो कुछ वर्तारा वापर रहा है की लगता है कि जे परिस्थितियां नहीं सुधरदियां तां पंजाब दी विपता दे दूर और सिटे निकलणगे? बिल्कुल इहदे विच तां कोई दो राय ही है नहीं कि पंजाब दी विपता दा आलम तां ज्यौंदा त्यों आ। एक होप नूं इह सरकार आई सीगी भी असी ये करांगे असी वो करांगे, गल की होका तो मिश्री दा सीगा बेचती फटकड़ी पंजाब दे नाल धोखा ही होया वा। तो मैनू लगता पंजाब दी विपता ब्रेन ड्रेन ला लो फ्लड मार ला लो पहला जिन्नियां भी अपने फसलां तबाह होईयां वो ला लो तो आ रहिंदी खूंदी जिहड़ी पंचायतां दे विच उम्मीद तां ये कीती जांदी सी कि वी अननसैसरली पोलिटिकल अडल्ट्रेशन ना होगी पर ज़्यादा हुई आ। मैं जिथों तक मैं इतने एग्जाम्पल्स कोट करना चाहना मोगे की मेरे आप दे जिले की एक MC जितया उतों की जी लोकल म्यूनसीपल कारपोरेशन होती है तो अज एक MC जितने के बावजूद उत्थे प्रधान बना दिता गया। तुसी सोच सकते हो भी किन्नी एनर्जी वेस्ट किन्नी होगी किन्नी आम ट्विस्टिंग हुई होगी MC की भी तुहाडे ते असी आ कर देंगे वो कर देंगे बंदे वांगू लाइन च खड़ जाओ उही कोई सरपंचां दे नाल भी होया वा। जदों की सरकार आई आ पैरलर बंदे आपदे अपॉइंट कर दिते जांदे सीगे जिहड़े BDPO ते सैकटरी रिपोर्ट प्रधान जी बैठे ने इंडोरस कर सकते हैं भी उन्हां नूं जाके ज़्यादा तरजीह दिंदे सीगे सरपंचां नूं घट पुछदे सीगे सरपंच मयूस सीगे
किते ना किते ते रहिंदा आहा इत्थे हुण योगदान पाउण दी गल सी क्योंकि डायरैक्ट इंट्रैक्शन सीगी उन्हां मैंबरां दी उन्हां सरपंचां दी जिवें करोना काल दे विच ते हुण उन्हां आला अधिकारियां दे नाल चाहे उह तरह तरह के वर्क जिहड़े कम सीगे एग्जीक्यूट कराने हुण ते उत्थे भी एक गंदी सियासत दा बोलबाला फिर चालू होया भी असीं आप दे बंदियां नूं लियाईए ते पंजाब दी पीड़ा ने किसे दा ख्याल नहीं कीता ते पंजाब दी दुख दा आलम मैनूं लगदा हजे रोकण वाला नहीं गा वाधे नूं ही नशर आ रहा। डॉक्टर साहब थैंक यू वेरी मच, मेहमानों का धन्यवाद तो है ही है पर नाल ही दर्शकों के लिए भी स्नेहा, असी यतन किया पंजाब की हड़ां की स्थिति होवे चाहे चुनिया हुई पंचायतां जिहड़ी जमहूरी की सब तो हेठली कड़ी है उसनों किस कदर भंग किया गया सच की पेशकारी तुहाडे सामने रखने की कोशिश की है। उम्मीद है यह गैर राष्ट्रीय बहस तुहानूं पसंद आएगी और पंजाब का भविख हड़ां की स्थिति जमहूरी दे लई कौन पंजाबी अगे आउणगे सवाल जिहड़ा आने वाले समय च भी बने रहणगे आपां भी इन्हां मुद्दयां नूं लवांगे जरूर इन्हां मामलों ते आउण लई तुहाडे सारयां वल्लों अपने चुनिंदा जिहड़े मेहमान है उन्हां दे धन्नवादी हैं तुहाडे वल्लों भी आपां लै रहे हैं इजाजत। सत श्री अकाल।